ਤੁਸੀਂ ਕਹਿ ਰਹੇ ਹੋ ਆਹ ਮੇਰੀ ਜੁੱਤੀ ਪਈ ਹੈ, ਇਹ ਜੁੱਤੀ ਲਾ ਕੇ ਮਾਰੂੰਗਾ ਕਿ ਤੁਸੀਂ ਗੁੱਸੇ ਜੋ ਮੈਂ ਜੁੱਤੀ ਲਾ ਕੇ ਨਾ ਮਾਰਾਂ, ਤੂੰ ਬੈਠਣ ਦੀ ਗੱਲ ਕਰਦਾ, ਇਹਨਾਂ ਨਾਲ ਬੈਠੂਗਾ ਮੈਂ, ਮੈਂ ਜੁੱਤੀ ਲਾ ਕੇ ਮੀਡੀਆ ਤੇ ਨਾ ਆਉਂਦੀ ਮੈਂ ਮਾਰਦਾ। ਲਾਈਵ ਚੱਲ ਰਿਹਾ, ਸਭ ਕੁਛ ਲਾਈਵ ਚੱਲ ਰਿਹਾ ਇਸ ਤਰੀਕੇ ਨਾਲ, ਕਿਉਂਕਿ ਲੀਡਰ ਦੀ ਵੀ ਇੱਕ ਮਰਿਆਦਾ ਹੁੰਦੀ, ਇੱਕ ਭਾਸ਼ਾ ਹੁੰਦੀ, ਬੈਠ ਕੇ ਗੱਲ ਕਰ ਲੈਣਾ। ਤੁਸੀਂ ਕਿਹਾ ਕਿ ਇਹਦੇ ਨਾਲ ਮੈਨੂੰ ਪਾਏਗਾ ਪੰਕਜ, ਮੈਂ ਇਹਦੇ ਨਾਲ ਨਹੀਂ ਬਹਿਣਾ। ਮੈਂ ਤੁਹਾਨੂੰ ਬਹੁਤ ਰਿਕੁਐਸਟ ਕੀਤੀ ਕਿ ਇੰਟਰਵਿਊ ਲਾਈਵ ਚੱਲ ਰਿਹਾ ਵਾ, ਚਲਦੇ ਇੰਟਰਵਿਊ 'ਚ ਇੱਕ ਮਰਿਆਦਾ ਹੁੰਦੀ ਹੈ, ਸ਼ਬਦਾਂ ਦੀ ਮਰਿਆਦਾ ਹੁੰਦੀ ਹੈ, ਕਹਿੰਦੇ ਕਿ ਇੱਕ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਤੁਸੀਂ ਉਸ ਵੇਲੇ ਕੀਤਾ। ਕਾਂਗਰਸ ਦੇ ਲੀਡਰ ਇਹ ਕਹਿ ਰਹੇ, ਕਹਿੰਦੇ ਜੇਕਰ ਅੱਜ ਬੇਅੰਤ ਸਿੰਘ ਹੁੰਦੇ ਤਾਂ ਤੁਹਾਨੂੰ ਘਰੋਂ ਬਾਹਰ ਕਰ ਦਿੰਦੇ। ਉਹ ਕੌਣ ਹੁੰਦੇ ਆ ਇਸ ਗੱਲ ਦੇ ਨਾਲ? ਦੇਸ਼ ਨੂੰ ਪੰਜਾਬ ਨੂੰ ਤੋੜਨ ਵਾਲਿਆਂ ਦਾ ਸਾਥ ਕਾਂਗਰਸ ਦਿੰਦੀ ਹੈ। ਇਹ ਤਾਂ ਜਿਹੜੇ ਜੇਲ੍ਹਾਂ 'ਚ ਜਿਹੜੇ ਕ੍ਰਾਈਮ ਕਰਨ ਵਾਲੇ ਨੇ, ਇਹ ਉਹਨਾਂ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਛੱਡੋ ਜੀ। ਕਾਂਗਰਸ ਬਾਰੇ ਵੀ, ਕਾਂਗਰਸ ਬੜੀ ਚੰਗੀ ਪਾਰਟੀ ਆ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਆ, ਉਦੋਂ ਬਾਅਦ ਕੁਰਬਾਨੀਆਂ ਦੀ ਭਰੀ ਹੋਈ ਪਾਰਟੀ ਆ। ਕੁਛ ਲੀਡਰਸ਼ਿਪ ਐਸੀ ਆ ਗਈ ਇਸ ਮੌਕੇ 'ਤੇ ਜਿਹਨੇ ਜ਼ਰੂਰ ਇਹ ਸਥਿਤੀ ਆ ਜਿਹੜੀ ਉਹ ਲੈ ਕੇ ਆਉਂਦੀ। ਇਹ ਲੀਡਰਸ਼ਿਪ ਸੈਂਟਰ ਦੀ ਤੁਸੀਂ ਕਹਿ ਰਹੇ ਹੋ, ਰਾਹੁਲ ਗਾਂਧੀ ਦੇ ਨਾਲ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਹੋ ਜਾਂ ਕਿਹੜੀ ਲੀਡਰਸ਼ਿਪ ਦਾ? ਕਾਂਗਰਸ ਇਹ ਕਹਿ ਰਹੀ ਰਵਨੀਤ ਮਿੱਟੂ ਦੇ ਪਰਿਵਾਰ ਨੂੰ ਸਭ ਕੁਛ ਦੇ ਦਿੱਤਾ, ਮੁੱਖ ਮੰਤਰੀ ਇਹਨਾਂ ਦੇ ਦਾਦਾ ਜੀ ਬਣੇ, ਮੈਂਬਰ ਪਾਰਲੀਮੈਂਟ ਕਈ ਵਾਰ ਬਣਾਇਆ, ਔਰ ਇਸ ਵੇਲੇ ਜੋ ਔਖੀ ਘੜੀ ਦੇ ਵਿੱਚ ਸੀਗੀ ਉਸ ਵੇਲੇ ਸਾਥ ਦੇਣਾ ਚਾਹੀਦਾ ਸੀ। ਰਾਹੁਲ ਗਾਂਧੀ ਦੀ ਸੱਜੀ ਬਾਂਹ ਰਵਨੀਤ ਸਿੰਘ ਮਿੱਟੂ ਮੰਨੇ ਜਾਂਦੇ ਸੀਗੇ, ਲੇਕਿਨ ਉਹ ਸੱਜੀ ਬਾਂਹ ਹੀ ਜਿਹੜਾ ਉਹ ਸਾਥ ਛੱਡ ਗਈ। ਝੰਡਾ ਦੇਖਣ ਆਇਆ ਸੀ ਕਿ ਇੱਥੇ ਝੰਡਾ ਕਾਂਗਰਸ ਦਾ ਹੋਏਗਾ, ਬੀਜੇਪੀ ਦਾ ਹੋਏਗਾ? ਨਿਊਜ਼ 18 ਦੇ ਵੱਡਾ ਬਿਆਨ ਦੇ ਰਹੇ ਹੋ ਕਿ ਸੈਂਟਰ 'ਚ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਹਿਮਾਚਲ ਨੂੰ ਜਿਵੇਂ ਜਿਹੜਾ ਪਹਾੜੀ ਸੂਬਾ ਹੋਣ ਦੇ ਨਾਤੇ ਫੈਸਿਲਿਟੀ ਮਿਲਦੀ, ਉਦਾਂ ਹੀ ਬੋਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਨੂੰ ਮਿਲਦੀ। ਪੂਰੇ ਆਰਗੂਮੈਂਟ ਇਹ ਵੀ ਹੋਈ ਕਿ ਰਵਨੀਤ ਬਿੱਟੂ ਨੂੰ ਜੇਕਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਮੰਤਰੀ ਲਾਵਾਂਗੇ ਜਾਂ ਰਾਜ ਮੰਤਰੀ ਲਗਾਵਾਂਗੇ, ਇਸ ਕਮਿਟਮੈਂਟ ਵੀ ਹੋਈ, ਕਿਉਂਕਿ ਅਸੀਂ ਇੱਕ ਮੰਤਰੀ ਵਾਲੀ ਕਮਿਟਮੈਂਟ ਹੋਈ ਹੈ, ਕਿਉਂਕਿ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਬਿੱਟੂ ਹੋਰਾਂ ਨੂੰ ਜਦੋਂ ਕਿਹਾ ਕਿ ਸੈਂਟਰ 'ਚ ਤੁਹਾਨੂੰ ਮੰਤਰੀ ਲਿਆਵਾਂਗੇ, ਬਹੁਤ ਦੇਰ ਹੋ ਗਈ ਓਪੋਜੀਸ਼ਨ 'ਚ ਬੈਠੇ ਨੂੰ। ਇਹ ਤਾਂ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਕਰਨ ਵਾਲੀਆਂ। ਨਹੀਂ, ਮੰਤਰੀ ਬਣਨਾ ਬਹੁਤ ਵੱਡੀ ਚੀਜ਼ ਹੈ ਸਿਆਸਤ ਦੇ ਵਿੱਚ। ਤੁਸੀਂ ਤਾਂ ਮੁੱਖ ਮੰਤਰੀ ਦੇ ਸੁਪਨੇ ਕਾਂਗਰਸ 'ਚ ਦੇਖ ਰਹੇ ਸੀ, ਤੁਸੀਂ ਮੈਨੂੰ ਕਿਹਾ ਸੀ ਕਿ ਅਜੇ ਮੇਰੀ ਉਮਰ ਨਹੀਂ ਹੈ ਲੇਕਿਨ ਇੱਕ ਸਮਾਂ ਆਏਗਾ ਮੈਂ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦਾ ਬਣਾ। ਹੁਣ ਇਹ ਸੁਪਨਾ ਸ਼ਾਇਦ ਬੀਜੇਪੀ 'ਚ ਵੀ ਤੁਸੀਂ ਦੇਖੋ। 10 ਸਾਲ ਹੋ ਗਏ, ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ, ਨਰਿੰਦਰ ਮੋਦੀ ਸਭ ਤੋਂ ਪਾਵਰਫੁਲ ਲੀਡਰ ਬਣੇ, ਲੇਕਿਨ ਪੰਜਾਬ 'ਚ ਬਿਲਕੁਲ 360 ਡਿਗਰੀ ਇਸ ਤੋਂ ਉਲਟ ਗਿਆ। ਨਾ ਤਾਂ ਲੋਕ ਪਸੰਦ ਕੀਤੇ, ਨਾ ਕੋਈ ਸੀਟਾਂ ਆਈਆਂ। ਹੁਣ ਕਿਉਂ ਲੱਗਦਾ ਤੁਹਾਨੂੰ ਕਿ ਜਿਹੜਾ 10 ਸਾਲ ਨਹੀਂ ਹੋ ਸਕਿਆ ਰਵਨੀਤ ਬਿੱਟੂ ਦੇ ਆਉਣ ਤੋਂ ਬਾਅਦ ਭਾਜਪਾ 'ਚ ਉਹ ਚੀਜ਼ ਆ ਗਈ? ਅੱਜ ਤੱਕ ਮੈਂ ਤੁਹਾਨੂੰ ਜਿਵੇਂ ਕਿਹਾ ਬੀਜੇਪੀ ਅਕਾਲੀ ਦਲ ਦੇ ਥੱਲੇ ਲੱਗ ਕੇ ਲੜਦੀ ਸੀ, ਉਹ ਜਿਹੜਾ ਕੁਛ ਸੀਗਾ ਚੰਗਾ ਆਪ ਲੈ ਲੈਂਦੇ ਸੀ, ਜੋ ਚਿੱਕੜ ਸੀ ਉਹ ਬੀਜੇਪੀ ਦੇ ਸਿਰ ਦਿੰਦੇ ਸੀ। ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਸਭ ਤੋਂ ਪਹਿਲਾਂ ਨਿਊਜ਼ 18 ਤੇ ਪਹੁੰਚੇ ਨੇ। ਨਿਊਜ਼ 18 ਗੱਲਬਾਤ ਉਹਨਾਂ ਨਾਲ ਕਰੇਗਾ ਕਿ ਕਿਉਂ ਕਾਂਗਰਸ ਛੱਡੀ, ਭਾਜਪਾ 'ਚ ਸ਼ਾਮਲ ਹੋਣ ਦੀ ਵਜ੍ਹਾ ਕੀ ਹੈ। ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋ ਰਹੀ ਹੈ, ਉਸ ਬਾਬਤ ਵੀ ਗੱਲਬਾਤ ਕਰਾਂਗੇ। ਤਾਂ ਰਵਨੀਤ ਸਿੰਘ ਬਿੱਟੂ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਿੱਟੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18। ਧੰਨਵਾਦ ਪੰਕਜ ਜੀ, ਧੰਨਵਾਦ ਬਹੁਤ। ਨਵੀਂ ਪਾਰਟੀ, ਚੈਲੇਂਜ ਪੁਰਾਣੇ? ਦੇਖੋ, ਜਿਹੜਾ ਬੰਦਾ ਦੇਸ਼ ਲਈ ਕੰਮ, ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਆਪਣੀਆਂ ਦੇਸ਼ ਲਈ ਜਿਹੜੀਆਂ ਵੀ ਪੰਜਾਬ ਲਈ ਤਾਕਤਾਂ ਉਹਨੂੰ ਮਾੜੇ ਕਰਨ ਲਈ ਉੱਠਦੀਆਂ, ਚਾਹੇ ਉਹ ਬਾਰਡਰ ਸਟੇਟ ਕਰਕੇ ਜਿਹੜਾ ਵੀ ਪਾਰਟੀ ਉਹਨੂੰ ਬੜੀ ਤਕੜੀ ਤਰ੍ਹਾਂ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਗੱਲ ਕਰਦੀ ਆ, ਜਿਹੜੀ ਹਮੇਸ਼ਾ ਪਾਰਟੀ ਹਿੰਦੂ ਸਿੱਖ ਭਾਈਚਾਰੇ ਦੀ ਗੱਲ, ਏਕਤਾ ਦੀ ਗੱਲ ਕਰਦੀ ਆ, ਤੇ ਉਹ ਇਸ ਵੇਲੇ ਤੁਹਾਨੂੰ ਪਤਾ ਹੀ ਆ ਵੀ ਅਸੀਂ ਤਾਂ ਓਪੋਜੀਸ਼ਨ 'ਚ ਬਹਿ ਬਹਿ ਉੱਥੇ ਨਾਅਰੇਬਾਜ਼ੀ ਕਰਕੇ ਸਪੀਕਰ ਸਾਹਿਬ ਬਾਹਰ ਕਰ ਦਿੰਦੇ ਸੀ, ਅਸੀਂ ਬਾਹਰ ਆ ਕੇ ਜਾਂਦੇ ਸੀ, ਲੋਕੀ 35 ਲੱਖ ਉਰੇ ਪੁੱਛਦੇ ਸੀ ਵੀ ਕੀ ਕੀਤਾ, ਅਸੀਂ ਕਹਿੰਦੇ ਜੀ ਅਸੀਂ
ਉਹ ਕਹਿੰਦੇ ਜੀ ਉਹ ਤਾਂ ਸੜਕ ਤੇ ਵੀ ਅਸੀਂ ਕਰੀ ਜਾਂਦੇ ਤੁਸੀਂ ਕੀ ਕੀਤਾ ਤੇ ਇਸ ਕਰਕੇ ਕੁਛ ਵੀ ਜਿਹੜਾ ਪਿਛਲੇ 10 ਸਾਲ ਚ ਜਿਹੜਾ ਉਹ ਸਿਰਫ ਕਾਂਗਰਸ ਪਾਰਟੀ ਨੇ ਕਦੇ ਉੱਥੇ ਬਹਿਸ ਚ ਜਿਗਰ ਪਾਰਟਿਸਪੇਟ ਨਹੀਂ ਕੀਤਾ ਉਦੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੋਈ ਉਹਦੇ ਵਿੱਚ ਕੋਈ ਗੱਲ ਨਹੀਂ ਕੀਤੀ ਜੇ ਖੁੱਲਿਆ ਰਾਮ ਮੰਦਿਰ ਜੀ ਦੀ ਗੱਲ ਆ ਉਹਦੇ ਉੱਤੇ ਜਾਣੋ ਹੀ ਨਾ ਕਰਤੀ ਤੇ ਜਦੋਂ ਉਰੇ ਪੰਜਾਬ ਚ ਆਉਂਦੇ ਸੀ ਲੋਕ ਸਾਨੂੰ ਸਵਾਲ ਪੁੱਛਦੇ ਸੀ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਕਿ ਮੈਂ ਕਾਂਗਰਸ ਬਾਰੇ ਨਹੀਂ ਕਾਂਗਰਸ ਬੜੀ ਚੰਗੀ ਪਾਰਟੀ ਆ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਆ ਉਦੋਂ ਬਾਅਦ ਕੁਰਬਾਨੀਆਂ ਦੀ ਭਰੀ ਹੋਈ ਪਾਰਟੀ ਆ ਕੁਛ ਲੀਡਰਸ਼ਿਪ ਐਸੀ ਆ ਗਈ ਆ ਇਸ ਮੌਕੇ ਤੇ ਜਿਹਨੇ ਜ਼ਰੂਰ ਇਹ ਸਥਿਤੀ ਆ ਜਿਹੜੀ ਉਹ ਲੈ ਕੇ ਆਉਂਦੀ ਤੇ ਦੂਜੀ ਇਹ ਲੀਡਰਸ਼ਿਪ ਸੈਂਟਰ ਦੀ ਤੁਸੀਂ ਕਹਿ ਰਹੇ ਹੋ ਰਾਹੁਲ ਗਾਂਧੀ ਦੇ ਨਾਲ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਹੋ ਜਾਂ ਕਿਹੜੀ ਲੀਡਰਸ਼ਿਪ ਦਾ ਜ਼ਿਕਰ ਮੈਂ ਉਹਦਾ ਵੀ ਇੱਕ ਗੱਲ ਇਹ ਸੀ ਵੀ ਬੀਜੇਪੀ ਹਮੇਸ਼ਾ ਅੱਗੇ ਬੀ ਟੀਮ ਅਕਾਲੀ ਦਲ ਦੇ ਥੱਲੇ ਲੱਗ ਕੇ ਕਿਉਂਕਿ 3 ਪਾਰਲੀਮੈਂਟ ਇਲੈਕਸ਼ਨ ਲੜਦੀ ਸੀ ਤੇ 23 ਲੜਦੀ ਸੀ ਵਿਧਾਨ ਸਭਾ 94 ਉਹ ਖਾਲੀ ਪਈਆਂ ਸੀ 10 ਇਹ ਸੀ ਤੇ ਇਸ ਬੀਜੇਪੀ ਇੱਕ ਨਵਾਂ ਪੰਜਾਬ ਨੂੰ ਕਿਉਂਕਿ ਉਹ ਨਵਾਂ ਇੱਕ ਰੰਗਲਾ ਪੰਜਾਬ ਜਿਹੜਾ ਕਰ ਦਿੰਦੇ ਆ ਗੱਲ ਪਰ ਬਾਕੀ ਸੂਬਿਆਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਇੱਥੇ ਇੱਕ ਇੰਜਨ ਆ ਜਿਹੜਾ ਉਹ ਵੀ ਧੂੰਆਂ ਮਾਰੀ ਜਾਂਦਾ ਤੇ ਇਸ ਕਰਕੇ ਸੋਚ ਸਾਰੀ ਲੈ ਕੇ ਵੀ ਪੰਜਾਬ ਨੂੰ ਕਿਵੇਂ ਠੀਕ ਕਰੀਏ ਪਾਰਟੀ ਦੀ ਬਾਅਦ ਦੀ ਗੱਲ ਆ ਇਸ ਵੇਲੇ ਸੱਤਾ ਚ ਕੌਣ ਆ 10 ਸਾਲ ਤਾਂ ਬੀਜੇਪੀ ਆ ਅੱਗੇ ਕੰਧ ਤੇ ਲਿਖਿਆ ਵੀ 400 ਪਾਰ ਵਾਲੀ ਗੱਲ ਆ ਤੇ ਪੰਜਾਬ ਦੇ ਕਿਸਾਨ ਡੰਡੇ ਹੀ ਖਾਂਦੇ ਰਹਿਣ ਪੰਜਾਬ ਦੇ ਕਿਸਾਨ ਗੋਲੀਆਂ ਹੀ ਖਾਂਦੇ ਰਹਿਣ ਕਾਂਗਰਸ ਇਹ ਕਹਿ ਰਹੀ ਕਹਿੰਦੇ ਕਿ ਕਾਂਗਰਸ ਇਹ ਕਹਿ ਰਹੀ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਸਭ ਕੁਝ ਦੇ ਦਿੱਤਾ ਮੁੱਖ ਮੰਤਰੀ ਇਹਨਾਂ ਦੇ ਦਾਦਾ ਜੀ ਬਣੇ ਮੈਂਬਰ ਪਾਰਲੀਮੈਂਟ ਕਈ ਵਾਰ ਬਣਾਇਆ ਔਰ ਇਸ ਵੇਲੇ ਜਦੋਂ ਔਖੀ ਘੜੀ ਦੇ ਵਿੱਚ ਸੀਗੀ ਉਸ ਵੇਲੇ ਸਾਥ ਦੇਣਾ ਚਾਹੀਦਾ ਸੀ ਰਾਹੁਲ ਗਾਂਧੀ ਦੀ ਸੱਜੀ ਬਾਂਹ ਰਵਨੀਤ ਸਿੰਘ ਬਿੱਟੂ ਮੰਨੇ ਜਾਂਦੇ ਸੀਗੇ ਲੇਕਿਨ ਉਹ ਸੱਜੀ ਬਾਂਹ ਹੀ ਜਿਹੜਾ ਉਹ ਸਾਥ ਛੱਡ ਗਈ ਔਰ ਕੀ ਤੁਹਾਨੂੰ ਇਹ ਪੱਕਾ ਪਤਾ ਹੈ ਕਿ ਬੀਜੇਪੀ ਜਿਹੜਾ ਉਹ ਰਿਪੀਟ ਕਰੇਗੀ ਔਰ ਤੁਹਾਨੂੰ ਮੰਤਰੀ ਬਣਾਏਗੀ ਮੰਤਰੀ ਬਣਨ ਦੀ ਕਮਿਟਮੈਂਟ ਹੋਈ ਹੈ ਕਿ ਮੰਤਰੀ ਜਿਹੜਾ ਤੁਹਾਨੂੰ ਬਣਾਇਆ ਜਾਏਗਾ ਤਾਂ ਤੁਸੀਂ ਜਿਹੜਾ ਇੱਕ ਸਵਾਲ ਪਹਿਲਾਂ ਮੈਂ ਤੁਹਾਨੂੰ ਇਹ ਕਹਿ ਦਿੰਦਾ ਵੀ ਕਾਂਗਰਸ ਪਾਰਟੀ ਜੋ ਕੁਛ ਮੈਂ ਅੱਜ ਹੈਗਾ ਜੋ ਕੁਛ ਵੀ ਅੱਜ ਮੈਂ ਹੈਗਾ ਉਹ ਬਿੱਟੂ ਦਾ ਨਾਂ ਆ ਕਾਂਗਰਸ ਪਾਰਟੀ ਕਰਕੇ ਆ ਤੇ ਇਸ ਕਰਕੇ ਕੋਈ ਜੋ ਲੀਡਰ ਕਹਿ ਰਿਹਾ ਪਰ ਉਹ ਗੱਲ ਕੀ ਆ ਇਹ ਵੀ ਮੈਨੂੰ ਉਹ ਲੀਡਰਾਂ ਨੂੰ ਇਹ ਵੀ ਪੁੱਛਿਓ ਵੀ ਜਦੋਂ ਆਪਾਂ ਸੱਤਾ ਚ ਆ ਜਾਂਦੇ ਹਾਂ ਹੁਣੇ ਗਏ ਹਾਂ ਸੱਤਾ ਚ ਉਸ ਵੇਲੇ ਜਿਹੜਾ ਵਰਕਰ ਆ ਜਿਹੜਾ ਬੂਥ ਤੇ ਕੰਮ ਕਰਨ ਵਾਲਾ ਏ ਜਦੋਂ ਉਹਦਾ ਗੱਲ ਕਰਦੇ ਆ ਉਹਦੀ ਤਾਂ ਕੋਈ ਗੱਲ ਨਹੀਂ ਕਰਦਾ ਜਿਹੜੇ 4 ਨਾਲ ਨੇ ਲੀਡਰ ਦੇ ਉਹੀ ਚੇਅਰਮੈਨ ਬਣਦੇ ਆ ਉਹੀ ਬੋਰਡਾਂ ਦੇ ਮੈਂਬਰ ਬਣਦੇ ਆ ਉਹੀ ਚੰਡੀਗੜ੍ਹ ਬਹਿੰਦੇ ਆ ਜਾ ਕੇ ਉਸ ਵੇਲੇ ਤਾਂ ਵਰਕਰ ਨੂੰ ਕੋਈ ਪੁੱਛਦਾ ਨਹੀਂ ਗਾ ਸਰਦਾਰ ਬੇਅੰਤ ਸਿੰਘ ਜੀ ਤਾਂ ਭਾਈ ਇਸ ਕਾਂਗਰਸ ਪਾਰਟੀ ਨੂੰ ਪੰਜਾਬ ਚ ਖਤਮ ਹੋਈ ਨੂੰ ਉਹਨਾਂ ਨੇ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਉਹ ਕਾਂਗਰਸ ਪਾਰਟੀ ਨੂੰ ਮਤਲਬ 84 ਹੋਰ ਹਾਲਾਤਾਂ ਤੋਂ ਦੰਗਿਆਂ ਤੋਂ ਬਾਅਦ ਟੈਰਰਿਜ਼ਮ ਤੋਂ ਬਾਅਦ ਕਾਂਗਰਸ ਤਾਂ ਪੰਜਾਬ ਚ ਹੈ ਨਹੀਂ ਸੀ ਸਰਦਾਰ ਬੇਅੰਤ ਸਿੰਘ ਨੇ ਖੜੀ ਕੀਤੀ ਕਾਂਗਰਸ ਜਿਹੜੇ ਵੀ ਅੱਜ ਲੀਡਰ ਨੇ ਤੇ ਇਸ ਕਰਕੇ ਜਦੋਂ ਉਹ ਜਗ੍ਹਾ ਹੀ ਆਪਣੀ ਛੱਡ ਗਈ ਜਦੋਂ ਕਾਂਗਰਸ ਅੱਜ ਗੱਲਾਂ ਹੀ ਦੇਸ਼ ਨੂੰ ਤੋੜਨ ਦੀਆਂ ਕਰਦੀਆਂ ਅੱਜ ਪੰਜਾਬ ਚ ਵੀ ਉਹ ਜਿਹੜੀਆਂ ਤਾਕਤਾਂ ਹੈ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਹੈ ਸਾਰੇ ਲੀਡਰ ਉਹਦੀ ਗੱਲ ਕਰਦੇ ਆ ਕਿਸਦੀ ਕਿਸਦਾ ਜ਼ਿਕਰ ਕਰਦਾ ਮੈਂ ਸਾਰਿਆਂ ਦੀ ਉਹ ਗੱਲ ਕਰਦਾ ਤਕਰੀਬਨ ਤੁਸੀਂ ਵੀ ਕਹਿ ਰਹੇ ਹੋ ਦੇਸ਼ ਨੂੰ ਪੰਜਾਬ ਨੂੰ ਤੋੜਨ ਵਾਲਿਆਂ ਦਾ ਸਾਥ ਕਾਂਗਰਸ ਦਿੰਦੀ ਹੈ ਹਾਂ ਇਹ ਤਾਂ ਜਿਹੜੇ ਜੇਲ੍ਹਾਂ ਚ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਇਹ ਉਹਨਾਂ ਦੀ ਉਹ ਗੱਲ ਕਰਦੇ ਆ ਵੀ ਉਹਨਾਂ ਨੂੰ ਛੱਡੋ ਜੀ ਉਹਨਾਂ ਨੂੰ ਜਿਹੜਾ ਇਹ ਮਤਲਬ ਕਹਿਣ ਦਾ ਕਿਤੇ ਨਾ ਕਿਤੇ ਇਹ ਲੋਕ ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ ਕਾਂਗਰਸ ਦੇ ਉੱਤੇ ਕਿ ਕਾਂਗਰਸ ਪੰਜਾਬ ਨੂੰ ਤੋੜਨ ਵਾਲਿਆਂ ਦੇ ਨਾਲ ਹੈ ਦੇਸ਼ ਨੂੰ ਤੋੜਨ ਵਾਲਿਆਂ ਦੇ ਨਾਲ ਨਹੀਂ ਕਿਹਾ ਮੈਂ ਲੀਡਰ ਕਿਹਾ ਹੈ ਲੀਡਰ ਕਹਿੰਦੇ ਕਾਂਗਰਸ ਦੇ ਲੀਡਰ ਫਿਰ ਉਹ ਕਹਿੰਦੇ ਕਾਂਗਰਸ ਹੀ ਹੋਈ ਨਾ ਕਾਂਗਰਸ ਚ ਬਹੁਤ ਦੇਸ਼ ਭਗਤ ਨੇ ਅੱਜ ਵੀ ਕਦੇ ਇਹਨਾਂ ਨੇ ਗੱਲ ਕੀਤੀ ਗੁਰਕੀਰਤ ਸਿੰਘ ਮੇਰੇ ਅੱਜ ਵੀ ਕਾਂਗਰਸ ਚ ਨੇ ਮੇਰੇ ਭਰਾ ਨੇ
ਉਹੀ ਝੰਡਾ ਦੇਖਣ ਆਇਆ ਸੀ ਕਿ ਇੱਥੇ ਝੰਡਾ ਕਾਂਗਰਸ ਦਾ ਹੋਏਗਾ, ਬੀਜੇਪੀ ਦਾ ਹੋਏਗਾ, ਕਿਉਂਕਿ ਬਾਜਵਾ ਪਰਿਵਾਰ ਚ ਦੇਖਿਆ ਕਿ ਕਹਿੰਦੇ 9 ਪੌੜੀਆਂ ਉੱਪਰ ਚੜ ਕੇ ਭਾਜਪਾ ਸ਼ੁਰੂ ਹੋ ਜਾਂਦੀ, ਥੱਲੇ ਕਾਂਗਰਸ। ਇੱਥੇ ਝੰਡਾ ਜੈ ਸ਼੍ਰੀ ਰਾਮ ਦਾ ਝੰਡਾ ਜਿਹੜਾ ਉਹ ਨਜ਼ਰ ਆਇਆ, ਉਹ ਝੰਡਾ ਵੀ ਦਿਖਾ ਸਕਦੇ। ਜਿੱਥੇ ਗੁਰਕੀਰਤ ਸਿੰਘ ਰਹਿਣਗੇ ਉੱਥੇ ਕਾਂਗਰਸ ਦਾ ਝੰਡਾ ਹੀ ਰਹੇਗਾ, ਜਿੱਥੇ ਰਵਨੀਤ ਬਿੱਟੂ ਰਹੇਗਾ ਉੱਥੇ ਬੀਜੇਪੀ ਦਾ ਝੰਡਾ ਰਹੇਗਾ। ਇੱਥੇ ਮੈਂ ਜੈ ਸ਼੍ਰੀ ਰਾਮ ਦਾ ਝੰਡਾ ਜਿਹੜਾ ਉਹ ਦੇਖ ਰਿਹਾ, ਇੱਥੇ ਰਵਨੀਤ ਬਿੱਟੂ ਰਹਿੰਦਾ। ਇਹ ਝੰਡਾ ਭਾਜਪਾ ਚ ਆਉਣ ਤੋਂ ਬਾਅਦ ਲੱਗਾ ਜਾਂ ਪਹਿਲਾਂ ਲੱਗਾ? ਇਹ ਤਾਂ ਜਿੱਦਣ ਰਾਮ ਰਾਮ ਹੋ ਰਿਹਾ ਸੀ ਸਾਰੇ ਦੁਨੀਆਂ ਚ, ਉਦਣ ਅਸੀਂ ਵੀ ਸਾਰੇ ਲੁਧਿਆਣੇ ਚ ਹੀ ਰਾਮ ਰਾਮ ਸੀ, ਤੇ ਜਿੱਦਣ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਸੀ ਉਦਣ ਗੁਰੂ ਨਾਨਕ ਨਾਮ ਲੇਵਾ ਗੁਰੂ ਨਾਨਕ ਅਸੀਂ ਕਰ ਰਹੇ ਸੀ। ਅਸੀਂ ਤਾਂ ਕਿਸੇ ਧਰਮਾਂ ਚ ਥੋੜੀ ਵੰਡੇ ਹੋਏ। ਤੁਸੀਂ ਕਾਂਗਰਸ ਦਾ ਬੇਅੰਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਕਾਂਗਰਸ ਦੇ ਲੀਡਰ ਇਹ ਕਹਿ ਰਹੇ, ਕਹਿੰਦੇ ਜੇਕਰ ਅੱਜ ਬੇਅੰਤ ਸਿੰਘ ਹੁੰਦੇ ਤਾਂ ਤੁਹਾਨੂੰ ਘਰੋਂ ਬਾਹਰ ਕੱਢ ਦਿੰਦੇ। ਉਹ ਕੌਣ ਹੁੰਦੇ ਆ ਇਸ ਗੱਲ ਚ ਦਖਲ ਦੇਣ ਵਾਲੇ? ਸਾਡੇ ਪਰਿਵਾਰ ਦੀ ਗੱਲ ਆ, ਤੇ ਉਹ ਪਰਿਵਾਰ ਨੇ ਅਸੀਂ ਬਹਿ ਕੇ ਜਿਹੜਾ ਉਹ ਫੈਸਲਾ ਕੀਤਾ ਸਾਰਿਆਂ ਨੇ, ਉਹਨਾਂ ਨੂੰ ਕੀ ਉਹ ਸਰਦਾਰ ਬੇਅੰਤ ਸਿੰਘ ਦੇ ਨਾਂ ਤੇ ਵੋਟਾਂ ਹੈ ਜਿੰਨਾ ਚਿਰ ਉਹਨਾਂ ਚਿਰ ਠੀਕ ਆ। ਜਦੋਂ ਕੋਈ ਮਿਨਿਸਟਰੀ ਚ ਹਿੱਸਾ ਦੇਣ ਵਾਲੀ ਗੱਲ ਹੁੰਦੀ ਆ ਉਦੋਂ ਗੁਰਕੀਰਤ ਸਿੰਘ ਜਾਂ ਯਾਦ ਨਹੀਂ ਆਉਂਦੇ, ਉਦੋਂ ਪਾਂਡੇ ਜੀ ਯਾਦ ਨਹੀਂ ਆਉਂਦੇ ਜਿਹੜੇ ਸ਼ਹੀਦ ਪਰਿਵਾਰ ਦੇ, ਉਦੋਂ ਤਰਲੋਚਨ ਸਿੰਘ ਯਾਦ ਨਹੀਂ ਆਉਂਦੇ, ਉਦੋਂ ਮਹਿੰਦਰ ਸਿੰਘ ਕੇਪੀ ਯਾਦ ਨਹੀਂ ਆਉਂਦੇ। ਹਜੇ ਤਾਂ ਮੈਂ 9 ਹੀ ਚੰਦ ਗਣਾਏ ਨੇ, ਅਗਲੀ ਇੰਟਰਵਿਊ ਤੁਹਾਨੂੰ ਦਿਖਾਊਂਗਾ ਵੀ ਸ਼ਹੀਦ ਪਰਿਵਾਰ ਜਿਹੜੇ ਨੇ ਕਾਂਗਰਸ ਬਣਾਈ ਆ ਉਹ ਕਿੱਥੇ ਆ। ਤੇ ਅੱਜ ਪਤਾ ਤੁਸੀਂ ਭਾਜਪਾ ਚ ਤਾਂ ਨਹੀਂ ਲਿਆਓਗੇ ਸਾਰੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮਹਿੰਦਰ ਕੇਪੀ ਦਾ, ਗੁਰਕੀਰਤ ਹੋਰਾਂ ਦਾ, ਪਾਂਡੇ ਸਾਹਿਬ ਦਾ, ਇਹ ਸਾਰੇ ਭਾਜਪਾ ਚ ਤੁਹਾਡੇ ਨਾਲ ਤਾਂ ਨਹੀਂ ਆ ਜਾਣਗੇ? ਨਹੀਂ ਨਹੀਂ, ਦੇਖੋ ਮੈਂ ਐਵੇਂ ਝੂਠ ਬੋਲਾਂ ਇਹ ਜੀ ਬਿਲਕੁਲ ਉਹ ਉਹਨਾਂ ਦੀ ਆਪਣੀ ਮਰਜ਼ੀ ਆ, ਤੇ ਗੁਰਕੀਰਤ ਸਿੰਘ ਹੋਣੀ ਕਾਂਗਰਸ ਚ ਨੇ ਬੜਾ ਡਟ ਕੇ ਉਹ ਮਿਹਨਤ ਕਰ ਰਿਹਾ, ਕੰਮ ਕਰ ਰਿਹਾ, ਤੇ ਅਸੀਂ ਸਾਰੇ ਪਰਿਵਾਰ ਆ ਜਿਹੜਾ ਉਹ ਆਪਸ ਵਿੱਚ ਬਿਲਕੁਲ ਹਮੇਸ਼ਾ ਚਾਹੇ ਕਿਸੇ ਪਾਰਟੀ ਚ ਇੱਕ ਦੂਜੇ ਦੇ ਹੋਈਏ, ਕਦੇ ਸਾਡੇ ਇਸ ਗੱਲ ਦੇ ਡਿਫਰੈਂਸਿਸ ਥੋੜੀ ਨੇ ਵੀ ਮੈਂ ਉਹਨਾਂ ਨੂੰ ਕਹਾਂ ਤੁਸੀਂ ਮੇਰੇ ਨਾਲ ਆਓ ਜਾਂ ਉਹਨਾਂ ਨੇ ਮੈਨੂੰ ਕਦੇ ਕਿਹਾ ਹੋਵੇ। ਗੱਲਬਾਤ ਹੋਈ ਸੀ ਪਾਰਟੀ ਛੱਡਣ ਤੋਂ ਪਹਿਲਾਂ ਗੁਰਕੀਰਤ ਹੋਰਾਂ? ਬਿਲਕੁਲ ਹੋਈ ਸੀ। ਕੀ ਕਹਿੰਦੇ ਜਾਓ? ਨਹੀਂ ਉਹ ਕਿਉਂ ਕਹਿਣਗੇ ਜਾਓ, ਮੈਂ ਦੱਸਿਆ ਜ਼ਰੂਰ ਆ ਉਹਨਾਂ ਨੂੰ ਵੀ ਮੈਂ ਜਾ ਰਿਹਾ। ਉਹਨਾਂ ਦਾ ਕੀ ਕਹਿਣਾ ਸੀ? ਉਹ ਦੇਖੋ ਵੱਡੇ ਭਰਾ ਨੇ, ਉਹਨਾਂ ਨੇ ਤਾਂ ਆਸ਼ੀਰਵਾਦ ਹੀ ਦੇਣਾ ਨਾ। ਉਹ ਇਹ ਫੈਸਲੇ ਤਾਂ ਜਿਹੜੇ ਉਹ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਆਪਣੇ ਆਪਣੇ ਫੈਸਲੇ ਹੁੰਦੇ ਆ ਹਰ ਦੇ। ਤੇ ਤੁਸੀਂ ਇੱਕ ਸਵਾਲ ਹੋਰ ਕੋਈ ਪੁੱਛ ਰਹੇ ਸੀ ਬੀਜੇਪੀ ਦੇ ਬਾਰੇ, ਇਹ 'ਚ ਕੋਈ ਸ਼ੱਕ ਨਹੀਂ, ਮੈਂ 1 ਸਾਲ ਤੋਂ ਜਾਂ 2 ਸਾਲ ਤੋਂ ਹੀ ਕੋਵਿਡ ਤੋਂ ਬਾਅਦ ਜਦੋਂ ਵੀ ਉੱਥੇ ਕੋਈ ਐਂਟੀ ਨੈਸ਼ਨਲ ਦੀ ਗੱਲ ਹੋਈ, ਪ੍ਰਾਈਮ ਮਿਨਿਸਟਰ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਬੋਲੋ ਕੈਨੇਡਾ ਦੇ। ਕੈਨੇਡਾ 'ਚ ਜਦੋਂ ਇੱਕ ਐਸੀ ਦੇਸ਼ ਦੇ ਖਿਲਾਫ ਇੱਕ ਗੱਲ ਬਣਨ ਲੱਗ ਗਈ, ਮੈਨੂੰ ਬੇਨਤੀ ਕੀਤੀ, ਹੁਕਮ ਕੀਤਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪ ਵੀ, ਤੁਸੀਂ ਓਪੋਜੀਸ਼ਨ 'ਚ ਵੀ ਇਹ ਬੋਲੋ। ਮੈਂ ਬੋਲਿਆ ਡਟ ਕੇ, ਪਰ ਜਦੋਂ ਉਹਨਾਂ ਨਾਲ ਗੱਲ ਕਰਦੇ ਸੀ ਵੀ ਅਸੀਂ ਕਿਸਾਨਾਂ ਨਾਲ ਲਈ ਆਹ ਕਰਨਾ, ਕਿਉਂਕਿ ਐਡੀਆਂ ਵੱਡੀਆਂ ਅਨਾਊਂਸਮੈਂਟਸ ਕਰਨਾ ਚਾਹੁੰਦੇ ਸੀ, ਇਹ ਗੱਲ ਜ਼ਰੂਰ ਸੁਣ ਲਓ, ਖੜ ਜਾਓ। ਫਿਰੋਜ਼ਪੁਰ ਜਦੋਂ ਪ੍ਰਾਈਮ ਮਿਨਿਸਟਰ ਆਉਣ ਲੱਗੇ ਸੀ, ਜਦੋਂ ਇਹ ਸਰਕਾਰ ਨੇ ਉਸ ਵੇਲੇ ਚੰਨੀ ਸਾਹਿਬ ਨੇ 20 ਬੰਦੇ ਭੇਜ ਕੇ ਸ਼ਰਾਰਤ ਕੀਤੀ, ਉਹਨਾਂ ਨੂੰ ਰੋਕਿਆ, ਉਹ ਹੈਲੀਕਾਪਟਰ ਛੱਡ ਕੇ, ਜਹਾਜ਼ ਛੱਡ ਕੇ, ਕਿਉਂਕਿ ਮੌਸਮ ਬੜਾ ਖਰਾਬ ਸੀ, ਉਹ ਗੱਡੀ 'ਚ ਉਹਨਾਂ ਨੇ, ਜਿਹੜਾ ਕਿ ਮੰਨਿਆ ਨਹੀਂ ਜਾਂਦਾ ਪ੍ਰਾਈਮ ਮਿਨਿਸਟਰ ਐਡਾ ਸਫ਼ਰ ਕਰੇ, ਉਹ ਗੱਡੀ 'ਚ ਸਫ਼ਰ ਕਰਨ ਨੂੰ, ਤੇ ਉਹਦੇ ਉਹਨਾਂ ਦੇ ਮੂਹਰੇ ਰੋਕਿਆ। ਉਦੋਂ ਇੰਨਾ ਕੁਛ ਸੀਗਾ ਕਿ ਪੰਜਾਬ ਨੂੰ ਲੋੜ ਨਾ ਪੈਂਦੀ ਸਾਰੀਆਂ ਜਿਹੜਾ ਹਿੱਲ ਸਟੇਟਸ ਨੂੰ ਆ ਟੈਕਸ ਰਿਜ਼ੰਪਸ਼ਨ, ਜਿਹੜੇ ਟੈਕਸ ਮਾਫ਼ ਨੇ, ਉਹ ਸਾਰੀਆਂ ਬਾਰਡਰ ਸਟੇਟ 'ਚ ਉਵੇਂ ਇੰਡਸਟਰੀਆਂ ਆਉਣੀਆਂ ਸੀ ਬੜੀਆਂ ਤੋਂ ਬੜੀਆਂ, ਉਹ ਮਾਫ਼ੀ ਦੇ ਰਹੇ ਸੀ। ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਜਿਸ ਦਿਨ ਆਏ ਉਸ ਦਿਨ ਐਲਾਨ ਕਰਨਾ ਸੀ ਕਿ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵੈ ਜਿਵੇਂ ਹਿਮਾਚਲ ਨੂੰ ਦਿੱਤੀ ਜਾਂਦੀ ਸਬਸਿਡੀ ਉਸ ਤਰੀਕੇ ਨਾਲ ਦਿੱਤੀ ਜਾਏ। ਬਿਲਕੁਲ, ਮੈਂ ਕਿਉਂਕਿ ਉਸ ਵੇਲੇ ਜਿਹੜੇ ਸ਼ਿਕਾਵਤ ਸਾਹਿਬ ਸੀ ਮੇਰਾ ਉਹਨਾਂ ਨਾਲ ਵੀ ਬਹੁਤ, ਕਿਉਂਕਿ ਅਸੀਂ ਇਕੱਠੇ ਬਹਿੰਦੇ ਹਾਂ ਪਾਰਲੀਮੈਂਟ 'ਚ, ਬੜੇ ਡੂੰਘੇ ਰਿਸ਼ਤੇ ਨੇ, ਤੇ ਸਾਰੀਆਂ ਇਕੱਠੇ ਬਹਿ ਕੇ ਵੀ ਪੰਜਾਬ ਨੂੰ ਕੀ ਕੀ ਚਾਹੀਦਾ, ਪੰਜਾਬ ਲਈ ਜਿਹੜੀ
ਫੌਜ ਦੀ ਭਰਤੀ ਆ ਉਹਦੇ ਚ ਵੀ ਉਹ ਪੱਕੇ ਪਰਸੈਂਟ 2-3% ਵੀ ਪੱਕੀ ਭਰਤੀ ਗੋਬਿੰਦਗੜ੍ਹ ਲੁਧਿਆਣਾ ਇਹਨੂੰ ਸਾਰੇ ਨੂੰ ਸਟੀਲ ਹੱਬ ਆਫ ਇੰਡੀਆ ਲੇਕਿਨ ਇਹ ਕਲੀਅਰ ਹੈ ਕਿ ਉਹਨਾਂ ਨੇ ਫੈਸਲਾ ਲੈਣਾ ਸੀ ਕਿ ਹੋਰ ਕਿਉਂ ਕਦ ਵਾਰ ਵਾਰ ਉਹ ਕੋਸ਼ਿਸ਼ ਕਰ ਰਹੇ ਸੀ ਵੀ ਮੈਂ ਪਹੁੰਚਾਂ ਬਾਏ ਰੋਡ ਵੀ ਮੈਂ ਪਹੁੰਚਾਂ ਤੇ ਇਹਨਾਂ ਨੂੰ ਪਤਾ ਸੀ ਕਿਉਂਕਿ ਸਰਕਾਰ ਦੇ ਇੰਟੈਲੀਜੈਂਸ ਹੁੰਦੀ ਆ ਸਟੇਟ ਸਰਕਾਰ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਇਹਦੇ ਨਾਲ ਇਹ ਪਾਰਟੀ ਦਾ ਸੋਚਦੇ ਰਹੇ ਇਹ ਨਹੀਂ ਸੋਚਦੇ ਪੰਜਾਬ ਦਾ ਕਿੱਡਾ ਫਾਇਦਾ ਸਭ ਤੋਂ ਵੱਡਾ ਮਿਊਜ਼ੀਅਮ ਇੰਡੀਆ ਦਾ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਿੱਥੇ ਕਰਤਾਰਪੁਰ ਸਾਹਿਬ ਲਾਂਘਾ ਉੱਥੇ ਬਣਾਉਣਾ ਸੀ ਆਈ ਟੀ ਹੱਬ ਜਿਹੜਾ ਮੋਹਾਲੀ ਨੂੰ ਬਣਾਉਣਾ ਸੀ ਦੇਸ਼ ਦਾ ਲੇਕਿਨ 2 ਸਾਲ ਹੋ ਗਏ ਹੁਣ ਤੁਸੀਂ ਬੀਜੇਪੀ ਚ ਆ ਗਏ ਤੁਸੀਂ ਪ੍ਰਧਾਨ ਮੰਤਰੀ ਨੂੰ ਕਹੋ ਕਿ ਜਿਵੇਂ ਹਿਮਾਚਲ ਨੂੰ ਪਹਾੜੀ ਸੂਬੇ ਹੋਣ ਦੇ ਨਾਤੇ ਉਦਾਂ ਹੀ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਕਰੋ ਮੈਂ ਕਿਹਾ ਜੀ ਸਾਰੀਆਂ ਗੱਲਾਂ ਹੋਈਆਂ ਮੈਂ ਤਾਂ ਜਿਹੜਾ ਲੱਗ ਗਿਆ ਕੋਡ ਉਦੋਂ ਬਾਅਦ ਇਹ ਫੈਸਲਾ ਹੋਇਆ ਨਾ ਜੁਆਇਨ ਕਰਨ ਦਾ ਕਿਉਂ ਹੋਇਆ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਅਕਾਲੀ ਦਲ ਦਾ ਖਹਿੜਾ ਛੱਡਤਾ ਅਸੀਂ ਹੁਣ ਇੱਥੇ ਫਰੰਟ ਫੁੱਟ ਤੇ ਆਪ ਜਿਹੜਾ ਉਹ ਪਾਰਟੀ ਲਿਆਉਣੀ ਚਾਹੁੰਦੇ ਹਾਂ ਉਦੋਂ ਬਾਅਦ ਦੀਆਂ ਗੱਲਾਂ ਤੇ ਬਹੁਤ ਗੱਲਾਂ ਉਹਨਾਂ ਨੇ ਹੋਈਆਂ ਏ ਜਿਹੜੀਆਂ 4 ਜੂਨ ਨਵੀਂ ਗਵਰਨਮੈਂਟ ਅਗਰ ਬੀਜੇਪੀ ਦੀ ਬਣਦੀ ਹੈ ਤਾਂ ਪੰਜਾਬ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵਾ ਉਸ ਨੂੰ ਸਪੈਸ਼ਲ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਅਮਿਤ ਸ਼ਾਹ ਜੀ ਸਾਡੇ ਜਿਹੜੇ ਮੇਰਾ ਤਾਂ ਨਿਊਜ਼ 18 ਦੇਖ ਰਹੇ ਹੋ ਤੁਸੀਂ ਨਿਊਜ਼ 18 ਦੇ ਵੱਡਾ ਬਿਆਨ ਦੇ ਰਹੇ ਹੋ ਕਿ ਸੈਂਟਰ ਚ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਹਿਮਾਚਲ ਨੂੰ ਜਿਵੇਂ ਜਿਹੜਾ ਪਹਾੜੀ ਸੂਬਾ ਹੋਣ ਦੇ ਨਾਤੇ ਫੈਸਿਲਿਟੀ ਮਿਲਦੀ ਉਦਾਂ ਹੀ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਨੂੰ ਮਿਲੇਗੀ ਨਿਊਜ਼ 18 ਤਾਂ ਮੈਨੂੰ ਸਾਹਮਣੇ ਦਿਖ ਹੀ ਰਿਹਾ ਵੀ ਮੈਂ ਨਿਊਜ਼ 18 ਤੇ ਬੋਲ ਰਿਹਾ ਹਾਂ ਨਾਲੇ ਮੈਂ ਪੰਕਜ ਜੀ ਨੂੰ ਵੀ ਜਾਣਦਾ ਵੀ ਨਿਊਜ਼ 18 ਚ ਨੇ ਪੰਕਜ ਜੀ ਮੈਂ ਇਹ ਬੜੇ ਵਿਸ਼ਵਾਸ ਨਾਲ ਇੱਕ ਇਕੱਲੀ ਗੱਲ ਨਹੀਂ ਵੀ ਬਾਰਡਰ ਡਿਸਟ੍ਰਿਕਟ ਨੂੰ ਇਕੱਲੀ ਗੱਲ ਨਹੀਂ ਸੀ ਉਹਦੇ ਵਿੱਚ ਇਹ ਵੀ ਸੀ ਵੀ ਜਿਹੜੇ ਧਰਮੀ ਫੌਜੀ ਰਹੇ ਆ ਉਹਨਾਂ ਲਈ ਵੀ ਬਹੁਤ ਵੀ ਕਿਸ ਤਰੀਕੇ ਨਾਲ ਨੌਕਰੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਪੈਨਸ਼ਨ ਹਰ ਚੀਜ਼ ਅੱਧੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸ ਤਰੀਕੇ ਨਾਲ ਉਰੇ IIM ਕਿਸ ਤਰੀਕੇ ਨਾਲ ਏਮਸ ਹੋਸਪਿਟਲ ਉਹ ਤਾਂ ਸਾਰਾ ਕੁਝ ਤਿਆਰ ਕਰਕੇ ਲੈ ਕੇ ਆਏ ਸੀ ਖਾਖਾ ਤੇ ਹੁਣ ਵੀ ਮੋਦੀ ਸਾਹਿਬ ਮੈਨੂੰ ਕਿਉਂਕਿ ਮੇਰੀ ਜਿਹੜੀ ਜੁਆਇਨਿੰਗ ਆ ਜਾਂ ਉਹ ਹਮੇਸ਼ਾ ਸਾਡੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਿਹੜੇ ਪੰਜਾਬ ਨਾਲ ਉਹਨਾਂ ਨੂੰ ਹਰ ਵਕਤ ਚਿੰਤਿਤ ਰਹਿੰਦੇ ਆ ਇਹ ਵੀ ਵਿਸ਼ਵਾਸ ਦਵਾਇਆ ਸੀ ਵੀ ਜਦੋਂ ਵੀ ਹੁਣ ਆ ਸ਼ੁਰੂ ਹੋ ਜਾਏਗਾ ਆਖਰੀ ਫੇਸ ਚ ਆਪਣੇ ਇਲੈਕਸ਼ਨ ਉਰੇ ਪ੍ਰਧਾਨ ਮੰਤਰੀ ਜੀ ਆਪ ਲੁਧਿਆਣੇ ਆ ਕੇ ਬਹੁਤ ਚੀਜ਼ਾਂ ਜਿਹੜੀਆਂ ਉਹ ਗੱਲਾਂ ਪੰਜਾਬ ਤੇ ਦੇਸ਼ ਵਾਸੀਆਂ ਨਾਲ ਉਰੇ ਆਖਰੀ ਤੇ ਇਹ ਵੀ ਹੋਈ ਕਿ ਰਵਨੀਤ ਬਿੱਟੂ ਨੂੰ ਜੇਕਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਮੰਤਰੀ ਲਾਵਾਂਗੇ ਜਾਂ ਰਾਜ ਮੰਤਰੀ ਲਗਾਵਾਂਗੇ ਇਸ ਕਮਿਟਮੈਂਟ ਵੀ ਹੋਈ ਇਹ ਤਾਂ ਗੱਲਾਂ ਮੀਡੀਆ ਚ ਹੁੰਦੀਆਂ ਏ ਪਰ ਹਾਂ ਇਹ ਜ਼ਰੂਰ ਮੈਨੂੰ ਕਿਹਾ ਵੀ ਸਾਰਾ ਪੰਜਾਬ ਜਿਹੜਾ ਇਸ ਵੇਲੇ ਹਰ ਸੂਬੇ ਚ ਜਾਓ ਹਰ ਜ਼ਿਲ੍ਹੇ ਚ ਜਾਓ ਹਰ ਜ਼ਿਲ੍ਹੇ ਚ ਜਾ ਕੇ ਲੋਕਾਂ ਨੂੰ ਅਵੇਅਰ ਕਰੋ ਕਿਉਂਕਿ ਅਸੀਂ ਮੰਤਰੀ ਵਾਲੀ ਕਮਿਟਮੈਂਟ ਹੋਈ ਹੈ ਕਿਉਂਕਿ ਸਾਡੇ ਸੋਰਸਿਸ ਤੇ ਜਾਣਕਾਰੀ ਦੇ ਰਹੇ ਬਿੱਟੂ ਹੋਰਾਂ ਨੂੰ ਜਦੋਂ ਕਿਹਾ ਕਿ ਸੈਂਟਰ ਚ ਤੁਹਾਨੂੰ ਮੰਤਰੀ ਲਿਆਵਾਂਗੇ ਬਹੁਤ ਦੇਰ ਹੋ ਗਈ ਓਪੋਜੀਸ਼ਨ ਚ ਬੈਠੇ ਨੂੰ ਇਹ ਗੱਲਾਂ ਕਦੇ ਹੁੰਦੀਆਂ ਇਹ ਜਿਹੀਆਂ ਵੀ ਕੋਈ ਸ਼ਰਤਾਂ ਦੇ ਉੱਤੇ ਆਧਾਰ ਤੇ ਕੋਈ ਜੁਆਇਨਿੰਗਾਂ ਹੁੰਦੀਆਂ ਵੀ ਮੈਨੂੰ ਜੀ ਤੁਸੀਂ ਮੰਤਰੀ ਬਣਾਓ ਜਾਂ ਨਹੀਂ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਤੁਹਾਨੂੰ ਨਹੀਂ ਕਦੇ ਦੇਖੋ ਇਹ ਗੱਲਾਂ ਕਦੇ ਗੱਲ ਜੇ ਉਹ ਵੀ ਕਿਉਂ ਕਰਦੇ ਮੈਂ ਵੀ ਇਹੋ ਜੀ ਇਹ ਤਾਂ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਨਹੀਂ ਮੰਤਰੀ ਬਣਨਾ ਬਹੁਤ ਵੱਡੀ ਚੀਜ਼ ਹੈ ਸਿਆਸਤ ਦੇ ਵਿੱਚ ਤੁਸੀਂ ਤਾਂ ਮੁੱਖ ਮੰਤਰੀ ਦੇ ਸੁਪਨੇ ਕਾਂਗਰਸ ਦੇਖ ਰਹੇ ਸੀ ਤੁਸੀਂ ਮੈਨੂੰ ਕਿਹਾ ਸੀ ਕਿ ਅਜੇ ਮੇਰੀ ਉਮਰ ਨਹੀਂ ਹੈ ਲੇਕਿਨ ਇੱਕ ਸਮਾਂ ਆਏਗਾ ਮੈਂ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦਾ ਬਣਾਂਗਾ ਹੁਣ ਇਹ ਸੁਪਨਾ ਸ਼ਾਇਦ ਬੀਜੇਪੀ ਚ ਵੀ ਤੁਸੀਂ ਦੇਖੋਗੇ ਮੈਂ ਕਿਹਾ 100% ਦੇਖਾਂਗੇ ਕਿਉਂ ਨਹੀਂ ਬੀਜੇਪੀ ਨੂੰ ਉਰੇ ਸੱਤਾ ਚ ਲੈ ਕੇ ਆਵਾਂਗੇ ਤਾਕਤ ਚ ਲੈ ਕੇ ਆਵਾਂਗੇ ਮੁੱਖ ਮੰਤਰੀ ਦਾ ਸੁਪਨਾ ਦੇਖ ਕਰਾਂਗੇ ਉਹ ਤਾਂ ਚਲੋ ਪਾਰਟੀ ਹਾਈ ਕਮਾਂਡ ਦੀਆਂ ਗੱਲਾਂ ਸੁਪਨਾ ਜਿਹੜਾ ਸੁਪਨੇ ਤਾਂ ਸੁਪਨੇ ਵੱਡੇ ਦੇਖੋ ਉਹ ਤਾਂ ਉਹ ਜਿਹੜਾ ਪੋਲੀਟੀਸ਼ੀਅਨ ਕੋਈ ਵੀ ਕਿਸੇ ਵੀ ਦਾਇਰੇ ਚ ਉਹ ਤਰੱਕੀ ਦੀ ਗੱਲ ਤਾਂ ਹਮੇਸ਼ਾ ਸੋਚਦਾ ਹੈ ਕਿਵੇਂ ਹੋ ਸਕਦਾ ਉਹ ਆਪਣੀ ਜਿਹੜਾ ਉਹ ਠਰਾ ਥੋੜੀ ਆ ਸਕਦਾ ਉਹ ਤਾਂ ਚੰਗਾ ਤਾਂ ਆਪਣਾ ਸੋਚਣਾ ਹੀ ਸੋਚਣਾ ਇਹ ਚ ਕੀ ਸ਼ੱਕ ਆ ਤੇ ਮੈਨੂੰ ਇਹ ਗੱਲ 100% ਕਹੀ ਆ ਵੀ ਬੀਜੇਪੀ ਨੂੰ ਸਾਰੇ ਪੰਜਾਬ ਚ
ਹਰ ਜਗ੍ਹਾ ਕੰਮ ਕਰਕੇ ਲੈ ਕੇ ਆਓ ਤੇ ਪਰ ਮੈਂ ਸਭ ਤੋਂ ਵੱਡੀ ਇੱਕ ਵਾਰ ਕਹਿਣਾ ਕਿਉਂਕਿ ਮੈਂ ਇੱਕ ਸਾਲ ਕਿਸਾਨਾਂ ਲਈ ਬੈਠਾ ਰਿਹਾ ਹੈ ਆਪ ਸਵਾ ਸਾਲ ਧਰਨੇ ਤੇ ਤੁਸੀਂ ਉਦੋਂ ਕਵਰ ਕਰਦੇ ਰਹੇ ਹੋ ਉਦੋਂ ਇਹ ਹੁੰਦਾ ਸੀ ਵੀ ਸ਼ਾਇਦ ਇਹ ਰਾਤ ਨੂੰ ਚਲੇ ਜਾਂਦੇ ਆ ਘਰੇ ਜਾਂ ਸ਼ਾਇਦ ਇਹ ਦਿਨੇ ਆ ਜਾਂਦੇ ਆ ਬੜਾ ਸਰਕਾਰ ਨੇ ਜੰਤਰ ਮੰਤਰ ਲਾਏ ਹੋਏ ਸੀਗੇ ਪਰ ਅਸੀਂ ਸਵਾ ਸਾਲ ਦੁੱਖ ਜਾਣੇ ਆ ਕਿਸਾਨਾਂ ਦਾ ਤੇ ਮੈਂ ਇੱਕ ਇੱਕ ਚੱਪਾ ਚੱਪਾ ਪੰਜਾਬ ਦਾ ਕਿਹੜਾ ਪੋਲੀਟੀਸ਼ੀਅਨ ਆ ਮੈਨੂੰ ਕਿਸੇ ਮੈਂ ਪੰਜਾਬ ਦੀ ਯਾਤਰਾ ਕਰਕੇ ਇੱਕ ਇੱਕ ਪਿੰਡ ਇੱਕ ਇੱਕ ਸ਼ਹਿਰ 1500 ਕਿਲੋਮੀਟਰ ਪੈਰ ਨਾਲ ਮੈਨੂੰ ਇੱਕ ਇੱਕ ਪਿੰਡ ਦਾ ਪਤਾ ਇੱਕ ਇੱਕ ਸ਼ਹਿਰ ਦਾ ਪਤਾ ਵੀ ਉੱਥੇ ਤਕਲੀਫ ਕੀ ਆ ਤੁਸੀਂ ਕਿਸਾਨਾਂ ਦਾ ਜ਼ਿਕਰ ਕਰ ਹੀ ਦਿੱਤਾ ਮੈਂ ਉਸੇ ਤੇ ਆ ਜਾਂਦਾ ਤੁਸੀਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਉਸ ਵੀਡੀਓ ਦੇ ਬਾਅਦ ਅਕਾਲੀ ਦਲ ਨੇ ਵੀ ਉਸਨੂੰ ਟਰੋਲ ਕੀਤਾ ਕਾਂਗਰਸ ਨੇ ਵੀ ਟਰੋਲ ਕੀਤਾ ਆਮ ਆਦਮੀ ਪਾਰਟੀ ਨੇ ਵੀ ਟਰੋਲ ਕੀਤਾ ਤੁਸੀਂ ਕਹਿ ਰਹੇ ਹੋ ਆਹ ਮੇਰੀ ਜੁੱਤੀ ਪਈ ਹੈ ਇਹ ਜੁੱਤੀ ਲਾ ਕੇ ਮਾਰੂੰਗਾ ਮੈਂ ਤੁਸੀਂ ਕਿਹਾ ਕਿ ਇਹਦੇ ਨਾਲ ਮੈਨੂੰ ਪਾਏਗਾ ਪੰਕਜ ਮੈਂ ਇਹਦੇ ਨਾਲ ਨਹੀਂ ਬਹਿਣਾ ਮੈਂ ਤੁਹਾਨੂੰ ਬਹੁਤ ਰਿਕੁਐਸਟ ਕੀਤੀ ਕਿ ਇੰਟਰਵਿਊ ਲਾਈਵ ਚੱਲ ਰਿਹਾ ਵਾ ਚਲਦੇ ਇੰਟਰਵਿਊ 'ਚ ਇੱਕ ਮਰਿਆਦਾ ਹੁੰਦੀ ਹੈ ਸ਼ਬਦਾਂ ਦੀ ਮਰਿਆਦਾ ਹੁੰਦੀ ਹੈ ਕਹਿੰਦੇ ਕਿ ਇੱਕ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਤੁਸੀਂ ਉਸ ਵੇਲੇ ਕੀਤਾ ਅੱਜ ਮੈਂ ਬਿਲਕੁਲ ਕੀਤਾ ਤੇ ਮੈਂ ਉਸ ਵੇਲੇ 600 ਤੋਂ 700 ਤੁਸੀਂ ਕਹੇ 700 ਤੋਂ ਵੱਧ ਕਿਸਾਨਾਂ ਦੇ ਜਿਹੜੇ ਆ ਉਦੋਂ ਸ਼ਹੀਦ ਹੋ ਚੁੱਕੇ ਸੀ ਤੁਸੀਂ ਕਿਹਾ ਸੀ ਭਾਜਪਾ ਇਸ ਦੇ ਲਈ ਜ਼ਿੰਮੇਵਾਰ ਉਹਨਾਂ ਦੇ ਪਤਾ ਜਿਹੜੇ ਜਿਨ੍ਹਾਂ ਦੇ ਸਿਵੇ ਜਲਦੇ ਸੀ ਘਰਾਂ ਤੇ ਜਿਹੜੇ ਪਹਿਲਾਂ ਕਰਜ਼ੇ 'ਚ ਡੁੱਬੇ ਹੋਏ ਸੀ ਤੇ ਉਹਨਾਂ ਦੇ ਇੱਕ ਪੁੱਤ ਇੱਕ ਜੇ ਘਰ ਦਾ ਬਾਪ ਗਿਆ ਹੋਵੇ ਉਹ ਉੱਥੇ ਚਲਾ ਜਾਵੇ ਤੇ ਕਿਹਦੀ ਜ਼ਿੰਮੇਵਾਰੀ ਸੀ ਅੱਜ ਮੈਂ ਬੀਜੇਪੀ 'ਚ ਅੱਜ ਜੇ ਕੋਈ ਸਥਿਤੀ ਐਸੀ ਆਊ ਤਾਂ ਫਿਰ ਮੈਂ ਆਪਣੇ ਆਪ ਨੂੰ ਉਸ ਸਥਿਤੀ 'ਚ ਕਿਸ ਤਰੀਕੇ ਨਾਲ ਦੇਖੂੰਗਾ ਇਸੇ ਕਰਕੇ ਇਹ ਚਾਹੇ ਵੀ ਉਹ ਸਥਿਤੀ ਕਦੇ ਕਿਸਾਨਾਂ ਦੀ ਬਣੇ ਨਾ ਕਿਸਾਨ ਸਿੱਧੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਹੋਮ ਮਿਨਿਸਟਰ ਸਾਹਿਬ ਦੇ ਸਿੱਧੇ ਘਰੇ ਜਾਣ ਤੇ ਆਪਣਾ ਹੱਕ ਲੈ ਕੇ ਆਉਣ ਜਿੱਥੇ ਤੱਕ ਗਰੇਵਾਲ ਸਾਹਿਬ ਦੀ ਗੱਲ ਕੀਤੀ ਆ ਉਹ ਬਿੱਲਾਂ ਨੂੰ ਵਾਪਸ ਕਰਾਉਣ ਦੀ ਲੜਾਈ ਸੀ ਗਰੇਵਾਲ ਸਾਹਿਬ ਸਤਿਕਾਰਯੋਗ ਉਹਨਾਂ ਨਾਲ ਮੈਂ ਕੋਈ ਜ਼ਮੀਨ ਵੰਡਣੀ ਸੀ ਉਹਨਾਂ ਨਾਲ ਉਹ ਵੱਡੇ ਨੇ ਮੇਰੇ ਤੋਂ ਅੱਜ ਵੀ ਉਦੋਂ ਬਾਅਦ ਬਹੁਤ ਵਾਰ ਮਿਲੇ ਨੇ ਤੇ ਪੈਰੀਂ ਹੱਥ ਲਾ ਕੇ ਮਿਲੀ ਦਾ ਉਸ ਵੇਲੇ ਲੜਾਈ ਗਰੇਵਾਲ ਸਾਹਿਬ ਦੇ ਪੈਰੀਂ ਹੱਥ ਲਾ ਕੇ ਮਿਲਦੇ ਤਾਂ ਵੱਡਿਆਂ ਦੇ ਲਾਉਣ ਇਹ 'ਚ ਕੀ ਗੱਲ ਆ ਜੁੱਤੀ ਬਦਲ ਲਈ ਪਰ ਬਿੱਲ ਬਦਲ ਗਏ ਜੁੱਤੀ ਨਹੀਂ ਬਦਲੀ ਬਿੱਲ ਬਦਲ ਗਏ ਲੇਕਿਨ ਉਸ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠੇ ਕਹਿੰਦੇ ਤੁਸੀਂ ਕਿਹਾ 700 ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਭਾਜਪਾ ਉਸੇ ਵਿੱਚ ਅੱਜ ਤੁਸੀਂ ਸ਼ਾਮਲ ਹੋ ਗਏ ਅਸੀਂ ਉਹ ਬਿੱਲ ਵਾਪਸ ਕਰਵਾਏ ਤੁਹਾਡੇ ਮੂਹਰੇ ਹੀ ਲੜਾਈ ਲੜਦੇ ਸੀ ਰੋਜ਼ ਜਦੋਂ ਬਿੱਲ ਵਾਪਸ ਲਏ ਤੇ ਫਿਰ ਗੱਲ ਕਾਹਦੀ ਰਹਿ ਗਈ ਲੇਕਿਨ ਕਿਸਾਨ ਤਾਂ ਅੱਜ ਵੀ ਧਰਨੇ ਦੇ ਉੱਤੇ ਬੈਠਾ ਹੋਇਆ ਅੱਜ ਵੀ ਉਹ ਕਹਿ ਰਿਹਾ MSP ਦੇ ਗਰੰਟੀ ਦਿਓ ਉਹ ਅੱਜ ਵੀ ਕਹਿ ਰਿਹਾ ਕਰਜ਼ ਮਾਫੀ ਦੇ ਦਿਓ ਤੁਸੀਂ ਕਿਸਾਨਾਂ ਲਈ ਕੀ ਕਰੋਗੇ ਹੁਣ ਅੱਜ ਤੱਕ ਕਿਸਾਨ ਸਾਰੀਆਂ ਪਾਰਟੀਆਂ ਦੇ ਹੀ ਆ ਕੋਈ ਬੀਜੇਪੀ ਦੇ ਥੋੜੀ ਉਲਟ ਬੈਠਾ ਆਮ ਆਦਮੀ ਦੇ ਵੀ ਆ ਕਾਂਗਰਸ ਦੇ ਵੀ ਆ ਅਕਾਲੀ ਦਲ ਦੇ ਵੀ ਉਹ ਤਾਂ ਸਾਰਿਆਂ ਦੇ ਕਿਸੇ ਵੀ ਪਾਰਟੀ ਦੇ ਉਹ ਕੋਈ ਨਹੀਂ ਪਰ ਹਾਂ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਮੇਰੀ ਮੈਂ ਪਹਿਲਾਂ ਕਮਿਟਮੈਂਟ ਹੀ ਮੇਰੀ ਇਹ ਆ ਮੰਤਰੀ ਸ਼ੰਤਰੀ ਦੀ ਕਮਿਟਮੈਂਟ ਨਹੀਂ ਕੋਈ ਇਹ ਕਮਿਟਮੈਂਟ ਆ ਵੀ ਕਿਸਾਨ ਜੋ ਚਾਹੁੰਦਾ ਉਹ 4 ਜੂਨ ਤੋਂ ਬਾਅਦ ਜਦੋਂ ਸਰਕਾਰ ਬਣ ਜਾਏਗੀ 400 MP ਜਿੱਤ ਜਾਣਗੇ ਅਸੀਂ ਉਹ 'ਚ ਸ਼ਾਮਲ ਹੋ ਕੇ ਕਿਸਾਨ ਕੋਈ ਹਿੰਮਤ ਨਹੀਂ ਹੋਊਗੀ ਕਿਸਾਨ ਦੇ ਕੋਈ ਉਹਨੂੰ ਰੋਕ ਲਏ ਜਾਂ ਉਹ 'ਤੇ ਗੋਲੀ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਅੱਖਾਂ 'ਚ ਉਹਨਾਂ ਦੇ ਜਾਂ ਉਹਨਾਂ ਦੇ ਕੋਈ ਡੰਡੇ ਮਾਰ ਲਏ ਇਸ ਕਰਕੇ ਆਏ ਹਾਂ ਇਹ ਇੰਸ਼ੋਰੈਂਸ ਲੈ ਕੇ ਆਏ ਹਾਂ ਵੀ ਉਹ ਕਹਿੰਦੇ ਜੀ ਅਸੀਂ ਤਾਂ ਆਹ ਕੁਛ ਕਰਨਾ ਚਾਹੁੰਦੇ ਹਾਂ ਤੁਸੀਂ ਕੀ ਕਹਿ ਰਹੇ ਹੋ ਕਿ ਕਿਸਾਨਾਂ ਲਈ ਕਰ ਲੋਗੇ ਜੇ ਦੁਬਾਰਾ ਸਰਕਾਰ ਬਣਦੀ ਹੈ ਕਿਸਾਨ ਕਹਿੰਦੇ ਆ ਉਹ ਤਾਂ ਕਹਿੰਦੇ ਕਰਜ਼ ਮਾਫ ਕਰੋ MSP ਲਾਗੂ ਕਰੋ ਮੈਂ ਕਰਜ਼ਾ ਵੀ ਉਹ 'ਚ ਮਾਫ ਕਰਨਾ ਸੀਗਾ ਜਿਹੜਾ ਇਹ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਉਣਾ ਸੀ ਪੰਜਾਬ ਦਾ ਕਰਜ਼ਾ ਮਾਫ ਵੀ ਸਾਰਾ ਕਰਨਾ ਸੀ ਤੇ ਸਾਰੀਆਂ ਗੱਲਾਂ ਕਰਾਵਾਂਗੇ ਕਿਉਂ ਨਹੀਂ ਕਰਾਵਾਂਗੇ ਲੇਕਿਨ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕਿਸਾਨ ਜਾਂ ਪੰਜਾਬ ਤੁਹਾਡੇ ਤੇ ਭਰੋਸਾ ਕਿਉਂ ਕਰੇ ਭਰੋਸਾ ਤਾਂ ਦੇਖੋ ਮੇਰੇ ਤੇ ਪਹਿਲਾਂ ਹੀ ਕਰਦੇ ਆ ਹਮੇਸ਼ਾ ਹੀ ਭਰੋਸਾ ਕਰਦੇ ਆ ਤੇ ਭਰੋਸਾ ਤਾਂ ਹਮੇਸ਼ਾ
ਅੱਗੇ ਵੀ ਕਰਦੇ ਆਏ ਆ। ਜਦੋਂ ਜੋ ਯਾਰ ਸਰਦਾਰ ਬੇਅੰਤ ਸਿੰਘ ਜੀ ਦਾ ਖੂਨ ਆ, ਜਦੋਂ ਉਹਨਾਂ ਨੇ ਕਿਹਾ ਮੈਂ ਅੱਤਵਾਦ ਖਤਮ ਕਰੂੰ, ਉਹ ਜਾਨ ਦੇ ਗਏ ਆਪਣੀ, ਬੰਬ ਨਾ ਉੜ ਗਏ, ਖਤਮ ਕਰ ਗਏ ਕਿ ਨਹੀਂ। ਜੇ ਮੈਂ ਕਹਿੰਦਾ ਕਿਸਾਨਾਂ ਦਾ ਸਾਰਾ ਕੁਛ ਹੋਊਗਾ ਤੇ ਮੈਂ ਕਿਸੇ ਆਪਣੇ ਜ਼ੋਰ ਤੇ ਹੀ ਕਹਿਣਾ ਨਾ, ਮੈਨੂੰ ਵਿਸ਼ਵਾਸ ਆ ਇਸ ਚੀਜ਼ ਦਾ ਵੀ ਮੈਂ ਕਰਵਾਊਂਗਾ ਤੇ ਉਹ ਕਰਨ ਨੂੰ ਤਿਆਰ ਬੈਠੇ। ਭਾਜਪਾ ਚ ਕਦੋਂ ਤੁਹਾਡੀ ਗੱਲਬਾਤ ਸ਼ੁਰੂ ਹੋਈ ਸੀ? 2 ਸਾਲ ਪਹਿਲਾਂ ਹੋਈ ਸੀ, 3 ਸਾਲ ਪਹਿਲਾਂ ਹੋਈ ਸੀ, 6 ਮਹੀਨੇ ਪਹਿਲਾਂ ਹੋਈ ਸੀ, 1 ਦਿਨ ਪਹਿਲਾਂ? ਕਦੋਂ ਗੱਲਬਾਤ ਸ਼ੁਰੂ ਹੋਈ, ਇਹ ਹਿਰਦੇ ਪਰਿਵਰਤਨ ਕਦੋਂ ਹੋਇਆ, ਔਰ ਅਮਿਤ ਸ਼ਾਹ ਹੋਰਾਂ ਦਾ ਫੋਨ ਆਇਆ ਜਾਂ ਕਿਹਨਾਂ ਦਾ ਫੋਨ ਆਇਆ? ਦੇਖੋ ਜਦੋਂ ਕਾਂਗਰਸ ਪਾਰਟੀ ਦੀ, ਮੈਂ ਤਾਂ ਉਰੇ ਸਾਰੀ ਤਿਆਰੀ ਕਰ ਰਿਹਾ ਸੀ ਇਲੈਕਸ਼ਨ, ਉਦੋਂ ਬਾਅਦ ਮਾਨ ਸਾਹਿਬ ਨੇ 2 ਪਰਚੇ ਵੀ 3 ਦੇ ਦਿੱਤੇ ਸੀ ਤੇ ਇੱਥੇ ਰੋਜ਼ ਹੀ ਡਿਟੇਨ ਕਰਕੇ ਰੱਖੇ ਆ 4 ਦਿਨ, ਬਾਹਰ ਹੀ ਨਿਕਲ ਦਿੰਦੇ ਸੀ, ਗੱਲ ਤਾਂ ਕਿਹਦੇ ਨਾਲ ਕਰਨੀ ਆ। ਪਰ ਜਦੋਂ ਮੈਨੂੰ ਜੋ ਹੋਲੀ ਤੋਂ ਅਗਲੇ ਦਿਨ ਟੈਲੀਫੋਨ ਸਵੇਰੇ 9:30 ਆਇਆ ਅਮਿਤ ਸ਼ਾਹ ਜੀ ਦਾ, ਵੀ ਭਾਈ ਅਸੀਂ ਸਮਝੌਤਾ ਜਿਹੜਾ ਅਕਾਲੀ ਦਲ ਨਾਲ ਤੋੜਤਾ, ਅਸੀਂ ਬੀਜੇਪੀ ਇਕੱਲੀ ਲੜਨਾ ਚਾਹੁੰਦੇ ਹਾਂ ਤੇ ਹੁਣ ਆਪਣਾ ਫੈਸਲਾ ਕਰਕੇ ਦੱਸ। ਮੈਂ 1.5 ਘੰਟੇ ਬਾਅਦ ਫੋਨ ਕਰਦਾ, ਮੈਂ ਕਿਹਾ ਜੀ ਜਦੋਂ ਤੁਸੀਂ ਦੇਸ਼ ਲਈ, ਤੁਸੀਂ ਪੰਜਾਬ ਲਈ ਹਮੇਸ਼ਾ ਚੰਗਾ ਸੋਚਿਆ ਤੇ ਮੈਂ ਆਪਣਾ ਯੋਗਦਾਨ ਆਹ ਚੀਜ਼ਾਂ ਜਿਹੜੀਆਂ ਮੈਂ ਪਾਉਣਾ ਚਾਹੁੰਦਾ, ਪੰਜਾਬ ਕਿਉਂ ਪਿੱਛੇ ਰਹੇ, ਬਾਕੀ ਸੂਬੇ ਕਿਤੇ ਦੀ ਕਿਤੇ ਨਿਕਲ ਗਏ, ਸਾਡੀ ਇੰਡਸਟਰੀ ਚ ਸਾਰੀ ਇੰਡਸਟਰੀ ਲੁਧਿਆਣੇ ਦੀ ਜਾ ਕੇ ਯੂਪੀ ਚਲੀ ਗਈ, ਮੱਧਿਆ ਪ੍ਰਦੇਸ਼ ਚਲੀ ਗਈ। ਇਹ ਇੰਡਸਟਰੀਜ਼ ਚਾਹੁੰਦੇ ਨਹੀਂ, ਇਹ MSME ਵਾਲੀ ਚਾਹੁੰਦੇ ਨਹੀਂ ਆਪਣੀ ਡਿਵੈਲਪਮੈਂਟ, ਕਿ ਇਹ ਚਾਹੁੰਦੇ ਆ ਵੀ ਇੱਥੇ ਹੀ ਖੜੇ ਰਹੀਏ ਅਸੀਂ, ਸਾਡੀਆਂ ਫੈਕਟਰੀਆਂ ਜਿਹੜੀਆਂ ਉਹ 1 ਤੋਂ 1/2 ਹੋ ਜੇ। ਇਹ ਨਹੀਂ ਚਾਹੁੰਦੇ ਵੀ ਸਾਰੇ ਸਾਡੇ ਇੰਡਸਟਰੀਸਟ ਸਾਡੇ। ਅਮਿਤ ਸ਼ਾਹ ਦਾ ਇੱਕ ਫੋਨ ਆਇਆ ਔਰ ਤੁਹਾਡਾ 360 ਡਿਗਰੀ ਹਿਰਦੇ ਪਰਿਵਰਤਨ ਹੋ ਗਿਆ, ਇੱਕ ਫੋਨ ਨੇ ਇੰਨਾ ਕਰਤਾ ਜਾਂ ਪਹਿਲਾਂ ਤੋਂ ਸੀਗਾ ਜਾਂ ਪਹਿਲਾਂ ਤੋਂ 360 ਡਿਗਰੀ ਆ ਜਾਂ ਹੋਰ ਆ, ਇਹ ਇਨਸਾਨ ਦੇ ਚ ਇਹ ਨਹੀਂ ਗੱਲਾਂ ਡਿਗਰੀਆਂ ਹੁੰਦੀਆਂ, ਨਹੀਂ ਇਹ ਇੱਕ ਫੋਨ ਦੀ ਘੰਟੀ ਨੇ, ਕੱਲ ਨੂੰ ਇੱਕ ਫੋਨ ਤਾਂ ਕਿਸੇ ਨੂੰ ਵੀ ਜਾਏਗਾ। ਕਿਸ ਚੀਜ਼ ਲਈ ਤੁਸੀਂ ਕਿਹਾ ਇੱਕ ਫੋਨ ਮੈਨੂੰ ਆਇਆ ਅਮਿਤ ਸ਼ਾਹ ਹੋਰਾਂ ਦਾ, ਉਹਨਾਂ ਨੇ ਕਿਹਾ ਮੈਂ ਅਲਾਇੰਸ ਤੋੜਤਾ, ਕਿਸੇ ਦੀ ਗੱਲ ਥੋੜੀ ਮੈਂ ਕਰ ਸਕਦਾ, ਮੈਂ ਆਪਣੀ ਗੱਲ ਨਹੀਂ। ਇੱਕ ਫੋਨ ਨੇ ਜੋ ਰਾਹੁਲ ਗਾਂਧੀ, ਕਿਵੇਂ ਤੁਹਾਨੂੰ ਹੋਰ ਮੈਂ ਹੁਣ ਕੋਈ ਝੂਠ ਬਣਾ ਕੇ ਦੱਸਾਂ ਤੁਹਾਨੂੰ? ਰਾਹੁਲ ਗਾਂਧੀ ਨਾਲ ਕੋਈ ਗੱਲਬਾਤ ਹੋਈ? ਨਹੀਂ ਬਿਲਕੁਲ, ਕੋਈ ਰਾਹੁਲ ਗਾਂਧੀ ਜੀ ਨਾਲ ਗੱਲ ਨਹੀਂ ਹੋਈ, ਕਈ ਸਾਲਾਂ ਤੋਂ ਨਹੀਂ ਹੋਈ। ਹੁਣ ਇਸ ਵੇਲੇ ਕਾਂਗਰਸ ਤੁਸੀਂ ਕਿੱਥੇ ਖੜੀ ਦੇਖਦੇ ਹੋ, ਕਿ ਕਾਂਗਰਸ ਕਿੱਥੇ ਹੈ? ਕਾਂਗਰਸ, ਮੈਂ ਪੰਜਾਬ ਦੀ ਗੱਲ ਕਰ ਸਕਦਾ ਹੈ, ਬਾਕੀ ਤਾਂ ਦੇਸ਼ ਤੁਹਾਨੂੰ ਪਤਾ ਹੀ ਆ। ਪੰਜਾਬ 'ਚ ਇਸ ਵੇਲੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਸਮਝਦੇ ਨਹੀਂ, ਅਸੀਂ ਇਹਨਾਂ ਨੂੰ ਟਿਕਟਾਂ ਕੱਟਣੀਆਂ ਹੈ। ਜਿਹੜੇ ਇਸ ਵੇਲੇ ਹੈਗੇ ਆ ਵੱਡੇ ਤੋਂ ਵੱਡੇ, ਮਨੀਸ਼ ਤਿਵਾੜੀ ਜੀ ਬੈਠੇ ਆ, ਔਜਲਾ ਸਾਹਿਬ ਬੈਠੇ ਆ, ਸਦੀਕ ਸਾਹਿਬ ਬੈਠੇ ਆ, ਅਮਰ ਇਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ, ਜੋ ਅਖਬਾਰਾਂ 'ਚ ਤੁਹਾਡੇ ਮੈਂ ਪੜ੍ਹਦਾ ਹੈ, ਜੋ ਮੈਂ ਸੁਣਦਾ ਹੈ, ਜੋ ਖਬਰਾਂ ਜੋ ਪਾਰਟ ਲਵਾਉਂਦੀ ਆ, ਤੇ ਬਾਕੀ ਉਹਨਾਂ ਕੋਲ ਬੰਦਾ ਹੀ ਹੈ ਨਹੀਂ ਕੋਈ। ਜਿਹੜੇ ਹੈਗੇ ਆ ਉਹਨਾਂ ਨੂੰ ਦੇਣੀ ਨਹੀਂ, ਉਹਨਾਂ ਨੂੰ ਜੇ ਖਤਮ ਕਰਨਾ ਹੈ, ਬਾਕੀ ਕੋਈ ਹੈ ਹੀ ਨਹੀਂ ਗਾ। ਇਹ ਮੈਨੂੰ ਨਹੀਂ ਸਮਝ ਆਉਂਦੀ ਉਹਨਾਂ ਦੀ ਕੈਸੀ ਸਥਿਤੀ ਆ, ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਆਪ ਹੀ ਦੇਖ ਲਓਗੇ ਵੀ ਕੀ ਉਹਨਾਂ ਦੇ ਹਾਲਾਤ ਨੇ ਤੇ ਕੀ ਉਹਨਾਂ ਦਾ ਬਣੂਗਾ। ਲੇਕਿਨ ਕਾਂਗਰਸ ਇੱਦਾਂ ਕਿਉਂ ਕਰੇਗੀ, ਆਪਣੇ ਬੰਦਿਆਂ ਨੂੰ ਕਿਉਂ ਮਾਰੇਗੀ, ਆਪਣੇ ਬੰਦਿਆਂ ਨੂੰ ਟਿਕਟਾਂ ਕਿਉਂ ਨਹੀਂ ਦੇਗੀ? ਉਹਨਾਂ ਨੂੰ ਪਤਾ ਟਿਕਟ ਨਹੀਂ ਦਿੱਤੀ, ਕੱਲ ਨੂੰ ਭਾਜਪਾ ਇਹਨਾਂ ਨੂੰ ਚੱਕ ਲੇਗੀ? ਨਹੀਂ, ਐਂ ਭਾਜਪਾ ਚੱਕਣ ਨੂੰ ਕਿਹੜਾ ਕੋਈ ਹਰੇਕ ਨੂੰ ਐਂ ਬੈਠੀ ਆ ਵੀ ਹਰੇਕ ਦੀ ਗੱਲ ਕਰੋ। ਨਜ਼ਰ ਤਾਂ ਕਿਤੇ ਨਾ ਕਿਤੇ ਭਾਜਪਾ ਦੀ ਮਨੀਸ਼ ਤਿਵਾਰੀ ਤੇ ਵੀ ਹੈ, ਡਿੰਪਾ ਹੋਰਾਂ ਤੇ ਵੀ ਹੈ। ਤੁਸੀਂ ਤੁਹਾਨੂੰ ਕਾਂਗਰਸ ਪਾਰਟੀ ਉਹਨਾਂ ਨੂੰ ਕਿਉਂ ਇਹ ਮੌਕਾ ਕਿਉਂ ਦੇਣ ਦਿੰਦੀ ਆ? ਕਾਂਗਰਸ ਪਾਰਟੀ ਉਹਨਾਂ ਨੂੰ ਐਡੇ ਲੀਡਰ ਨੇ, ਉਹਨਾਂ ਦੇ ਟਿਕਟਾਂ ਅਨਾਊਂਸ ਕਰੇ, ਉਹਨਾਂ ਨੂੰ ਭੇਜੇ, ਜੇ ਉਹਨਾਂ ਨੂੰ ਕਿਉਂ ਇਹ ਮੌਕਾ ਦੇ ਰਹੇ ਆ? ਹੁਣ ਭਾਜਪਾ 'ਚ ਤੁਹਾਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਕਿ ਇਹ ਭਾਜਪਾ ਇਸ ਕਰਕੇ ਪੰਜਾਬ 'ਚ ਲੋਕ ਜਿਤਾ ਸਕਦੇ ਆ? ਕਿਉਂਕਿ 2014 ਤੋਂ 2024 10 ਸਾਲ ਹੋ ਗਏ, ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ, ਨਰਿੰਦਰ ਮੋਦੀ ਸਭ ਤੋਂ ਪਾਵਰਫੁੱਲ ਲੀਡਰ ਬਣੇ, ਲੇਕਿਨ ਪੰਜਾਬ 'ਚ ਬਿਲਕੁਲ 360 ਡਿਗਰੀ ਇਸ ਤੋਂ ਉਲਟ ਗਿਆ। ਨਾ ਤਾਂ ਲੋਕ ਪਸੰਦ ਕੀਤੇ, ਨਾ ਕੋਈ ਸੀਟਾਂ ਆਈਆਂ,
ਹੁਣ ਕਿਉਂ ਲੱਗਦਾ ਤੁਹਾਨੂੰ ਕਿ ਜਿਹੜਾ 10 ਸਾਲ ਨਹੀਂ ਹੋ ਸਕਿਆ ਰਵਨੀਤ ਬਿੱਟੂ ਦੇ ਆਉਣ ਤੋਂ ਬਾਅਦ ਭਾਜਪਾ 'ਚ ਉਹ ਚੀਜ਼ ਆ ਜਾਏਗੀ? ਪਹਿਲੀ ਗੱਲ ਤਾਂ ਅੱਜ ਤੱਕ ਮੈਂ ਤੁਹਾਨੂੰ ਜਿਵੇਂ ਕਿਹਾ ਬੀਜੇਪੀ ਅਕਾਲੀ ਦਲ ਦੇ ਥੱਲੇ ਲੱਗ ਕੇ ਲੜਦੀ ਸੀ, ਉਹ ਜਿਹੜਾ ਕੁਛ ਸੀਗਾ ਚੰਗਾ ਆਪ ਲੈ ਲੈਂਦੇ ਸੀ, ਜੋ ਚਿੱਕੜ ਸੀ ਉਹ ਬੀਜੇਪੀ ਤੇ ਸਿੱਟ ਦਿੰਦੇ ਸੀ, ਪਰ ਇਹ ਫੁੱਲਾ ਕਮਲ ਦਾ ਉਹ ਚਿੱਕੜ 'ਚੋਂ ਵੀ ਦੁਬਾਰਾ ਨਿਕਲਿਆ, ਆਪਣੇ ਆਪ ਨੂੰ ਕੱਢ ਲਿਆ ਇਹਨਾਂ ਨੇ, ਤੇ ਉਹ ਮੌਕਾ ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ, ਇਸ ਗੱਲ ਦੀ ਸਮਝ ਲੋਕ ਬਹੁਤ ਸਿਆਣੇ ਨੇ, ਇਹ ਪਾਰਲੀਮੈਂਟ ਦੀ ਇਲੈਕਸ਼ਨ ਆ, ਪਾਰਲੀਮੈਂਟ ਦੀ ਇਲੈਕਸ਼ਨ ਆ, ਤੇ ਪਹਿਲੀ ਇਲੈਕਸ਼ਨ ਆ ਜਿਹੜੀ ਇਕੱਲੇ ਬੀਜੇਪੀ ਲੜ ਰਹੀ ਆ, ਪਹਿਲਾਂ ਤਾਂ ਲੜੀ ਨਹੀਂ, ਤੇ ਇਸ ਕਰਕੇ ਹੁਣ ਲੋਕਾਂ ਨੂੰ ਕਲੀਅਰ, ਇਹ ਜਾਂ ਵੋਟਰ ਨੂੰ, ਇੱਕ ਬਹੁਤ ਸਿਆਣਾ ਵੋਟਰ ਆ, ਉਹਨਾਂ ਨੂੰ ਇੱਕ ਕਲੈਰਿਟੀ ਆ ਵੀ ਬਾਕੀ ਦੇਸ਼ 'ਚ ਕੀ ਹੋ ਰਿਹਾ ਤੇ ਪੰਜਾਬ 'ਚ ਕੀ ਹੋ ਰਿਹਾ। ਮੈਂ ਹੀ ਸਾਰੇ ਕਾਂਗਰਸੀਆਂ ਨਾਲ ਗੱਲ ਕਰਦਾ ਸੀ, ਮੈਂ ਹੀ ਸਾਰੇ ਬਾਕੀ ਆਮ ਬੰਦਿਆਂ ਨਾਲ ਗੱਲ ਕਰਦਾ ਸੀ, ਉਹ ਕਹਿੰਦੇ ਜੀ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤੇ ਜੇ ਇੱਥੇ ਕੁਛ ਕਰਨਾ ਚਾਹੁੰਦੇ ਹੋ ਤੇ ਫਿਰ ਮੋਦੀ ਸਾਹਿਬ ਤਾਂ ਇਸ ਵੇਲੇ ਦੇਸ਼ ਨੂੰ ਤੀਜੇ ਨੰਬਰ 'ਤੇ ਲਿਜਾਣ ਦੀ ਗੱਲ ਕਰਦੇ ਆ, ਉਹ 2047 ਦੀ ਗੱਲ ਕਰਦੇ ਆ, ਵਿਕਸਿਤ ਭਾਰਤ ਦੀ ਗੱਲ ਕਰਦੇ ਆ, ਤੇ ਹੋ ਵੀ ਰਿਹਾ ਉਹ ਦੁਨੀਆਂ 'ਚ, ਕੋਈ ਐਸਾ ਨਹੀਂ, ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ ਸਾਹਿਬ ਬੋਲਦੇ ਹੁਣ ਤੇ ਥੱਲੇ ਰਾਸ਼ਟਰਪਤੀ ਅਮਰੀਕਾ ਦਾ ਬੈਠਾ ਤਾੜੀਆਂ ਮਾਰਦੇ ਹੁਣ, ਇਹ ਤਾਕਤ ਹੀ ਆ, ਤੇ ਉਦੋਂ ਬਾਅਦ ਇਸ ਵੇਲੇ ਉਹੀ ਚੀਜ਼ਾਂ ਅਸੀਂ, ਜਿਹੜਾ ਪੰਜਾਬ ਸਭ ਤੋਂ ਤਕੜਾ ਸੂਬਾ ਹੈ ਤੇ ਉਹ ਚੀਜ਼ਾਂ ਸਾਰੀਆਂ ਸਾਡੇ ਪੰਜਾਬ 'ਚ ਕਿਉਂ ਨਾ ਆਉਣ ਜੀ, ਪੰਜਾਬ ਕਿਉਂ ਪਿੱਛੇ ਰਹੇ, ਉਹ ਗੱਲ ਜਿਹੜੀ ਆ ਉਹ ਇੱਥੇ ਕਰਾਉਣੀ ਆ, ਤੇ ਲੋਕਾਂ ਨੇ ਮਨ ਬਣਾ ਲਿਆ, ਇਹ ਸਾਰੇ ਤੁਹਾਡੇ ਵੀ, ਤੁਸੀਂ ਵੀ ਸਰਵੇ ਕਰ ਲਿਓ, ਤੁਸੀਂ ਦੇਖ ਲਿਓ, ਅੱਜ ਹੀ ਬਹੁਤ ਬੜੇ ਬੜੇ ਚੈਨਲਾਂ ਦੇ ਸਰਵੇ ਆਏ ਆ ਜਿਨ੍ਹਾਂ ਨੇ 7 ਸੀਟਾਂ ਤੱਕ ਤਾਂ ਬੀਜੇਪੀ ਨੂੰ ਅੱਜ ਹੀ ਦੇ ਦਿੱਤੀਆਂ ਹੈ। ਲੇਕਿਨ ਜਿਹੜੀ ਤੁਹਾਡੀ ਜੈ ਵੀਰੂ ਦੀ ਦੋਸਤੀ ਸੀਗੀ, ਕਹਿੰਦੇ ਸ਼ੋਲੇ ਫਿਲਮ ਦੀ ਜਿਵੇਂ ਯਾਰੀ ਸੀਗੀ ਨਾ, ਆਸ਼ੂ ਤੇ ਬਿੱਟੂ ਦੀ ਉਹੀ ਯਾਰੀ ਸੀਗੀ, 2 ਦਿਨ ਪਹਿਲਾਂ ਇੱਕ ਦੂਜੇ ਦੇ ਪਰਚੇ ਵੀ ਹੋਏ, ਤਾਲੇ ਵੀ ਤੁਸੀਂ ਲਗਾਏ, ਉਹ ਯਾਰੀ ਟੁੱਟ ਗਈ। ਉਹ ਯਾਰੀ ਜੋੜਨ ਦੇ ਲਈ ਆਸ਼ੂ ਹੋਰਾਂ ਨੂੰ ਲੈ ਕੇ ਆਓਗੇ ਭਾਜਪਾ ਦੇ ਵਿੱਚ, ਜਾਂ ਆਸ਼ੂ ਹੁਣ ਤੁਹਾਡੇ ਖਿਲਾਫ ਜੈ ਵੀਰੂ ਦੀ ਥਾਂ ਗੱਬਰ ਵਾਲੀ ਭੂਮਿਕਾ ਨਿਭਾ ਕੇ ਕਾਂਗਰਸ ਜਿਹੜਾ ਉਹ ਖੜਾ ਕਰੇਗੀ? ਨਹੀਂ, ਤੁਸੀਂ ਨਿਊਜ਼ 18 ਚੋਂ ਤੇ ਤੁਸੀਂ, ਤੁਹਾਡੀ ਦੋਸਤੀ ਜੀ ਵਾਲਿਆਂ ਨਾਲ ਹੋ ਸਕਦੀ ਆ, ਤੁਹਾਡੀ ਦੋਸਤੀ ਆ ਜਿਹੜੀ ਉਹ ਸਪੋਕਸਮੈਨ ਵਾਲਿਆਂ ਨਾਲ ਹੋ ਸਕਦੀ ਆ, ਤੇ ਸਾਡੀ ਦੋਸਤੀ ਕਿਉਂ ਨਹੀਂ ਰਹਿ ਸਕਦੀ? ਦੋਸਤੀ ਹੈ ਮੇਰੇ ਵੱਲੋਂ ਹਮੇਸ਼ਾ, ਮੇਰੇ ਵੱਡੇ ਭਰਾ ਨੇ, ਇਸ ਪੋਲਿਟਿਕਸ ਦੇ ਵਿੱਚ ਤਾਂ ਹਰ ਕਿਤੇ ਤੁਸੀਂ ਕੀ ਸੋਚਦੇ ਹੋ ਵੀ ਅਸੀਂ ਇੱਕ ਦੂਜੇ ਨੂੰ ਦੇਖ ਕੇ ਗੋਲੀਆਂ ਮਾਰਦੇ ਹਾਂ ਇੱਕ ਦੂਜੇ ਦੇ, ਜਾਂ ਪੋਲੀਟੀਸ਼ੀਅਨ, ਕੋਈ ਸਾਡੀ ਪਾਕਿਸਤਾਨ ਤੇ ਇੰਡੀਆ ਦੀ ਗੱਲ ਆ, ਅਸੀਂ ਆਪਣੇ ਪਾਰਟੀ ਦੇ ਸਿਧਾਂਤਾਂ ਤੇ ਚੱਲਣਾ ਹੈ, ਅਸੀਂ ਆਪਣੇ ਦੇਸ਼ ਦੀ ਗੱਲ ਕਰਨੀ ਆ, ਜਿੱਥੇ ਤੱਕ ਨਿੱਜੀ ਸੰਬੰਧ ਨੇ ਉਹ ਸਾਰਿਆਂ ਦੇ ਤੁਹਾਨੂੰ ਪਤਾ, ਇੱਕ ਦੂਜੇ ਦੇ ਰਿਸ਼ਤੇਦਾਰੀਆਂ, ਇੱਕ ਦੂਜੇ ਦੇ ਨਾਲ ਸਾਰੇ ਸੰਬੰਧ ਨੇ, ਉਹ ਤਾਂ ਅਲੱਗ ਚੀਜ਼ ਆ। ਦੋਸਤੀ ਰਹੇਗੀ ਜੇ ਤੁਹਾਡੇ ਖਿਲਾਫ ਵੀ ਇਲੈਕਸ਼ਨ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਕਾਂਗਰਸ ਵੱਲੋਂ, ਤੇ ਮੇਰੀ ਦੋਸਤੀ ਕਿਤੇ, ਅਸੀਂ ਬੈਂਸ ਸਾਹਿਬ ਅਸੀਂ ਉਲਟ ਲੜਦੇ ਰਹੇ ਹਾਂ, ਮੇਰੀ ਉਹਨਾਂ ਨਾਲ ਕੀ ਦੋਸਤੀ ਨਹੀਂ ਗੀ? ਅਯਾਲੀ ਸਾਹਿਬ ਸਾਡੇ ਨਾਲ ਇਲੈਕਸ਼ਨ ਲੜੇ ਆ, ਉਹਨਾਂ ਨਾਲ ਦੋਸਤੀ ਨਹੀਂ ਗੀ? ਮੇਰੇ ਫੂਲਕਾ ਸਾਹਿਬ ਨਾਲ ਸੰਬੰਧ ਨਹੀਂ, ਅੱਜ ਵੀ ਉਹਨਾਂ ਦਾ ਆਸ਼ੀਰਵਾਦ ਲੈ ਕੇ ਪੈ ਰਹੀਆਂ ਜਿਹੜੇ ਲਾਈਦੇ ਨੇ, ਇਸ ਕਰਕੇ ਇਹਦੇ ਨਾਲ ਦੁਸ਼ਮਣੀਆਂ ਪੈਣ ਵਾਲਾ ਕੀ ਮਤਲਬ ਆ? ਇਹ ਤਾਂ ਇਹ ਅੱਜ ਕੱਲ੍ਹ ਪਤਾ ਕੀ ਆ, ਆਹ ਜਿਹੜਾ ਮੋਬਾਈਲ ਆ ਗਿਆ ਇਹਦੇ ਉੱਤੇ ਐਸੇ ਕਮੈਂਟ, ਐਸੀਆਂ ਗੱਲਾਂ, ਉਹ ਲੋਕ ਨੇ ਜਿਹੜੇ ਉਹ ਉਹਨਾਂ ਨੂੰ ਅੰਦਰੋਂ ਗੱਲ ਪਤਾ ਨਹੀਂ ਹੁੰਦੀ ਤੇ ਬਾਹਰੋਂ ਉਹ ਜਿਹੜੀਆਂ ਉਹ ਇਹੋ ਜਿਹੀਆਂ ਗੱਲਾਂ ਲਿਖਦੇ ਨੇ। ਇੱਕ ਜਾਣਕਾਰੀ ਹੋਰ ਮਿਲੀ ਕਿ ਜਦੋਂ ਅਮਿਤ ਸ਼ਾਹ ਹੋਰਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ, ਤੁਸੀਂ ਇਹ ਕਿਹਾ ਸੀਗਾ ਕਿ ਜੇਕਰ ਬੰਦੀ ਸਿੰਘ ਨਹੀਂ ਛੱਡੋਗੇ, ਜੇਕਰ ਤੁਸੀਂ ਅਕਾਲੀ ਦਲ ਨੂੰ ਇਹ ਕਲੀਅਰ ਕਰ ਦਿੰਦੇ ਹੋ, ਅਲਾਇੰਸ ਨਹੀਂ ਕਰਦੇ, ਫਿਰ ਮੈਂ ਭਾਜਪਾ ਜਾ ਜਾਂਗਾ। ਮੇਰੀ ਐਸੀ ਕੋਈ ਗੱਲ ਨਹੀਂ ਹੋਈ, ਐਵੇਂ ਮੈਂ ਇਸ ਗੱਲ ਤੇ ਝੂਠ ਕਰਾਂ, ਉਹ ਮੇਰਾ ਆਪਣਾ ਜਿਹੜਾ ਸਟੈਂਡ ਆ ਉਹ ਹੈਗਾ ਹੀ ਹੈਗਾ ਏ, ਪਰ ਮੇਰੇ ਇਸ ਗੱਲ ਨਾਲ ਬਿਲਕੁਲ, ਮੈਂ ਤੁਹਾਨੂੰ ਜਿਵੇਂ ਕੀ ਦੱਸਿਆ ਵੀ ਮੈਨੂੰ ਤਾਂ ਇੱਕ ਗੱਲ ਸਿਰਫ ਹੋਈ ਆ ਵੀ ਅਕਾਲੀ ਦਲ ਨਾਲ ਅਸੀਂ ਅਲਾਇੰਸ ਤੋੜਿਆ, ਤੇ ਤੁਸੀਂ ਹਮੇਸ਼ਾ ਦੇਸ਼ ਦੀ ਤੇ ਪੰਜਾਬ ਦੇ ਅਮਨ ਸ਼ਾਂਤੀ ਦੀ ਗੱਲ ਕਰਦੇ ਰਹੇ ਹੋ, ਤੇ ਅਸੀਂ ਤੁਹਾਨੂੰ ਚਾਹੁੰਦੇ ਹਾਂ ਵੀ ਤੁਸੀਂ ਆ ਕੇ ਦੇਸ਼ ਦੇ ਸੂਬੇ ਦੀ ਤਰੱਕੀ ਲਈ ਸਾਡੇ ਕੋਲ ਆਓ। ਬੰਦੀ ਸਿੰਘਾਂ ਦਾ ਮਸਲਾ ਅਕਾਲੀ ਦਲ ਬੜੇ ਜ਼ੋਰ ਸ਼ੋਰ ਨਾਲ ਚੱਕ ਰਿਹਾ, ਉਹ ਕਹਿ ਰਿਹਾ ਕਿ ਨਜਾਇਜ਼ ਤੌਰ 'ਤੇ ਉਹਨਾਂ ਨੂੰ ਰੱਖਿਆ ਗਿਆ,
ਮੈਂ ਇਸ ਗੱਲ ਤੇ ਹਜੇ ਜਿਹੜੀ ਇਹ ਕੋਈ ਗੱਲ ਮੇਰਾ ਤੁਹਾਨੂੰ ਪਤਾ ਹੀ ਆ ਵੀ ਮੈਂ ਉਸ ਤੇ ਕੀ ਬੋਲਦਾ ਰਿਹਾ ਉਹ ਤਾਂ ਬਹੁਤ ਕੋਈ ਨਵੀਂ ਗੱਲ ਹੈ ਹੀ ਨਹੀਂ ਕਿਉਂਕਿ ਤੁਸੀਂ ਉੱਥੇ ਇੱਕ ਵੇਲੇ ਇਹ ਵੀ ਕਿਹਾ ਸੀ ਜੇ 3 ਕਾਨੂੰਨ ਵਾਪਸ ਹੁੰਦੇ ਫਿਰ ਮੈਂ ਰਾਜੋਨਾ ਵਾਲਾ ਵਾਪਸ ਵੀ ਲੈ ਲਾਂਗਾ ਉਹ ਤਾਂ ਉਸ ਵੇਲੇ ਜਦੋਂ ਇਹ ਸੀਗਾ ਵੀ ਜਦੋਂ ਇਹ ਵੀ ਤੁਸੀਂ ਬੜਾ ਇੱਕ ਗਲਤ ਮੀਡੀਆ ਦਿਖਾਉਂਦਾ ਹੈ ਥੋੜਾ ਕਲੀਅਰ ਕਰ ਦੋ ਥੋੜਾ ਲੋਕਾਂ ਨੂੰ ਪਤਾ ਹੋ ਜਾਵੇ ਉਸ ਗੱਲ ਤੇ ਤੁਸੀਂ ਉਹ ਸੀਗੇ ਤੁਸੀਂ ਉਹ ਮੈਨੂੰ ਇਹ ਕਿਹਾ ਮੈਂ ਤੁਸੀਂ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਜੇ ਕਿਸਾਨ ਅੱਜ ਉਹਦੇ ਸ਼ਹੀਦ ਹੋ ਰਹੇ ਆ ਜੇ ਨਹੀਂ ਹੁੰਦੇ ਤਾਂ ਮੈਂ ਉਹ ਕਰਨ ਨੂੰ ਵੀ ਤਿਆਰ ਹਾਂ ਉਦੋਂ ਬਾਅਦ ਤਾਂ ਰਾਜੂਆਣੇ ਦੀ ਗੱਲ ਤਾਂ ਛੱਡੋ 700 ਕਿਸਾਨ ਉਦੋਂ ਬਾਅਦ ਸ਼ਹੀਦ ਹੋ ਗਿਆ ਸੀ ਫਿਰ ਉਹ ਕੁਐਸਚਨ ਕਿੱਥੇ ਆਉਂਦਾ ਸੀਗਾ ਲੇਕਿਨ ਵਾਪਸ ਲੈ ਲਿੱਤੇ ਗਏ ਸੀ ਉਦੋਂ ਕਾਨੂੰਨ ਆ ਕਾਨੂੰਨ ਵਾਪਸ ਲੈ ਲਏ ਸੀ ਪਰ 700 ਬੰਦਾ ਸ਼ਹੀਦ ਹੋ ਗਿਆ ਸੀ ਨਾ ਉਹ ਆਪਾਂ ਉਹ ਗੱਲ ਕੀਤੀ ਸੀ 1.5 ਸਾਲ ਪਹਿਲਾਂ ਠੀਕ ਹੈ ਰਵਨੀਤ ਸਿੰਘ ਬਿੱਟੂ ਹੋਰਾਂ ਨਾਲ ਗੱਲਬਾਤ ਜਾਰੀ ਰਹੇਗੀ ਕੈਂਪੇਨ ਕਿਸ ਤਰੀਕੇ ਨਾਲ ਕਰਦੇ ਆ ਕਿਉਂਕਿ ਸਭ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ ਆ ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ ਨਿਊਜ਼ 18 ਲੁਧਿਆਣਾ।